ਸਸ਼ੀਕਾਲ ਨਮਸਕਾਰ ਅਦਾਬ ਦਰਸ਼ਕੋ ਮੈਂ ਤੁਹਾਡਾ ਗੁਰਲਾਲ ਹਾਜ਼ਰ ਪ੍ਰੋਗਰਾਮ ਓਪਨ ਪਲੇਟਫਾਰਮ ਲੈ ਕੇ ਜਸ ਪੰਜਾਬੀ ਦੇ ਮੰਚ ਤੋਂ ਸਾਰ ਤੋਂ ਪਹਿਲਾਂ ਦਸਵੇਂ ਗੁਰੂ ਸਾਹਿਬ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪर्व ਦੀਆਂ ਲੱਖ ਲੱਖ ਵਧਾਈਆਂ ਮੇਰੇ ਵੱਲੋਂ ਤੇ ਅਦਾ ਰਾਜਸ ਪੰਜਾਬੀ ਵੱਲੋਂ ਅ ਦਰਸ਼ਕੋ ਬਹੁਤ ਦਿਨਾਂ ਬਾਅਦ ਅੱਜ ਮੈਂ ਸਟੂਡੀਓ ਤੋਂ ਪ੍ਰੋਗਰਾਮ ਕਰ ਰਿਹਾ ਹਾਂ ਤੇ ਅੱਜ ਇੱਕ ਪੋਲਿਟਿਕਲ ਪ੍ਰੋਗਰਾਮ ਅ ਕਰਾਂਗੇ ਬਹੁਤ ਦਿਨਾਂ ਤੋਂ ਬਾਅਦ ਔਰ ਬਣਦਾ ਵੀ ਹੈ ਕਿਉਂਕਿ ਇਲੈਕਸ਼ਨ ਪੰਜਾਬ ਦੇ ਵਿੱਚ ਆਈ ਹੈ ਤੇ ਬੜੀ ਹੀ ਉਤਲ ਪੁਤਲ ਚੱਲ ਰਹੀ ਹੈ ਆਪਾਂ ਸਿਰਫ ਇਹ ਦੇਖਣਾ ਸਾਨੂੰ ਨਹੀਂ ਪਤਾ ਕਿਹੜਾ ਅ ਕਿਰਦਾਰ ਕਿੱਧਰ ਨੂੰ ਜਾ ਰਿਹਾ ਔਰ ਕੀ ਕਰੂਗਾ ਆਪਾਂ ਦੇਖਣਾ ਕਿ ਐਂਡ ਆਫ ਦਾ ਡੇ ਪੰਜਾਬ ਤੇ ਪੰਜਾਬੀਅਤ ਦਾ ਪਲਾ ਕੀ ਇਸ ਤਰ੍ਹਾਂ ਹੋ ਸਕਦਾ ਹੈ ਅ ਆਪਾਂ ਗੱਲ ਕਰੀਏ ਜੇ ਮੈਨ ਤੇ ਅੱਜ ਦੇ ਵਿੱਚ ਜੇ ਅ ਅਸ਼ਕੋ ਮਹਾਮਾਰੀ ਫੇਰ ਪੈਰ ਪਸਾਰ ਰਹੀ ਹੈ ਅੱਜ ਯੂਪੀ ਦੇ ਵਿੱਚ 10ਵੀਂ ਕਲਾਸ ਤੱਕ ਦੇ ਸਕੂਲ ਬੰਦ ਕਰ ਦਿੱਤੇ ਗਏ ਨੇ ਜੇ ਪੰਜਾਬ ਦੀ ਗੱਲ ਕਰੀਏ ਤਾਂ 1026 ਕੇਸ ਇੱਕ ਦਿਨ ਚ ਆ ਆ ਜਿਹੜਾ ਬੀਤਾ ਦਿਨ ਉੱਥੇ ਗਿਆ ਤੇ ਦੋ ਡੈਥਸ ਵੀ ਹੋ ਗਈਆਂ ਨੇ ਅ ਦਿੱਲੀ ਦੇ ਵਿੱਚ 40% ਜਿਹੜੇ ਆ ਰਿਜ਼ਰਵ ਬੈੱਡ ਜਿਹੜੇ ਰਿਜ਼ਰਵ ਕਰ ਲਏ ਗਏ ਨੇ ਸਿਰਫ ਸਿਰਫ ਕੋਰੋਨਾ ਮਹਾਮਾਰੀ ਦੇ ਜਿਹੜੇ ਪੇਸ਼ੈਂਟਸ ਆ ਉਹਨਾਂ ਦੇ ਲਈ ਉਸ ਤੋਂ ਬਾਅਦ ਇੱਕ ਸੈਟ ਨਿਊਜ਼ ਹੈਗੀ ਆਪਣੇ ਕੋਲ ਕਿ ਮਹਾਰਾਸ਼ਟਰ ਦੀ ਇੱਕ ਮਦਰ ਟੇਰੇਸਾ ਸੀ ਜਿਹੜੀ ਕਿ ਜਿਹੜੇ ਬੱਚਿਆਂ ਦੇ ਮਾਪੇ ਨਹੀਂ ਹੁੰਦੇ ਯਾਰ ਕਿਤੋਂ ਬਾਹਰੋਂ ਪਾਏ ਜਾਂਦੇ ਐ ਉਹਨਾਂ ਦੀ ਸੇਵਾ ਲਈ ਉਹਨੇ ਤਨ ਮਨ ਤਨ ਸਾਰਾ ਕੁਝ ਲਗਾ ਦਿੱਤਾ 73 ਸਾਲ ਦੀ ਉਮਰ ਦੇ ਵਿੱਚ ਪੂਨਾ ਦੇ ਵਿੱਚ ਅੱਜ ਉਹਨਾਂ ਦਾ ਤੇਹਾਂਤ ਹੋ ਗਿਆ ਉਹਨਾਂ ਦਾ ਨਾਮ ਸੀਗਾ ਪਦਮਸ਼ਰੀ ਵੀ ਸੀਗੇ ਉਹਨਾਂ ਦਾ ਨਾਮ ਸੀਗਾ ਸ਼੍ਰੀ ਸਿੰਘੂ ਤਾਈ ਸਪਤਾਲ ਸਿੰਘੂ ਤਾਈ ਸਪਤਾਲ 73 ਸਾਲ ਦੀ ਉਮਰ ਸੀ ਆਪ ਉਹਨਾਂ ਦੀ ਕੋਈ ਫੈਮਲੀ ਨਹੀਂ ਸੀਗੀ ਜਾਂ ਉਹਨਾਂ ਨੇ ਬਣਾ ਹੀ ਨਹੀਂ ਉਹ ਬਾਦੀਆਂ ਗੱਲਾਂ ਨੇ ਪਰ ਪੂਰੀ ਰੱਤਨਮਨਤਾ ਨਾਲ ਉਹਨਾਂ ਨੇ ਪੂਰੇ ਬੱਚਿਆਂ ਦੀ ਸੇਵਾ ਕੀਤੀ ਔਰ ਬਹੁਤ ਉਹਨਾਂ ਨੂੰ ਇਸ ਕਾਰਨ ਪਦਮਸ਼ਰੀ ਵੀ ਦਿੱਤਾ ਗਿਆ ਸੀਗਾ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਤੇ ਕਰੀਏ ਕਿ ਆਪਾਂ ਵੀ ਉਹਨਾਂ ਅਰگە ਕੁਝ ਉਪਰਾਲਾ ਕਰਦੇ ਰਹੀਏ ਸਮਾਜ ਦੇ ਪ੍ਰਤੀ ਆਪਾਂ ਗੱਲ ਕਰਦੇ ਹਾਂ ਜੀ ਅ ਪੋਲਿਟਿਕਲ ਸੱਤਾ ਤੇ ਜਿਹੜੀਆਂ ਅੱਜ ਕੱਲ ਨਵੀਆਂ ਹਵਾਵਾਂ ਫਿਜ਼ਾਵਾਵਾਂ ਚੱਲ ਰਹੀਆਂ ਨੇ ਆਪਾਂ ਉਹਨਾਂ ਦੀਆਂ ਗੱਲ ਉਹਦੀ ਗੱਲ ਕਰਦੇ ਹਾਂ ਦਰਸ਼ਕੋ ਦੋ ਖੁਦ ਹੁੰਦਾ ਕਿ ਇੱਕੋ ਹੀ ਪਾਰਟੀ ਦੇ ਵਿੱਚ ਇੰਨੇ ਇੰਨੇ 150 ਰੁਪਏ ਲਈ ਵਾਰ ਦੇਖਣ ਨੂੰ ਮਿਲ ਰਿਹਾ ਹੈ ਹਰੇਕ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਅੰਡਰਸਟੈਂਡਿੰਗ ਤੇ ਮਿਸ ਅੰਡਰਸਟੈਂਡਿੰਗ ਹੁੰਦੀ ਹੈ ਪਰ ਜਿਹੜਾ ਹਾਲ ਇਸ ਟਾਈਮ ਜੋ ਹੈ ਪੰਜਾਬ ਕਾਂਗਰਸ ਦਾ ਬਣਿਆ ਹੋਇਆ ਆ ਬੜਾ ਹੀ ਤਰਸਯੋਗ ਹਾਲਾਤ ਦੇ ਵਿੱਚ ਹੈ ਕਿ ਇੱਕ ਪੰਜਾਬ ਕਾਂਗਰਸ ਦਾ ਪ੍ਰਧਾਨ ਦਿੰਦਾ ਇੱਕ ਸੀਐਮ ਅੱਡ ਬਿਆਨ ਦਿੰਦਾ ਉਸੇ ਬਿਆਨ ਨੂੰ ਹੋਰ ਤਰ੍ਹਾਂ ਉਸ ਪਾਰਟੀ ਦੇ ਹੋਰ ਲੀਡਰ ਦਿੰਦੇ ਆ ਆ ਔਰ ਖਾਸ ਕਰਕੇ ਜਦੋਂ ਇਲੈਕਸ਼ਨ ਨੂੰ ਇੰਨਾ ਥੋੜਾ ਟਾਈਮ ਰਹਿ ਗਿਆ ਹੋਵੇ ਆਪਾਂ ਜਜ਼ਬਾਤਾਂ ਤੇ ਕੰਟਰੋਲ ਕਿਉਂ ਨਹੀਂ ਕਰ ਸਕਦੇ ਜੇ ਆਪਾਂ ਪੰਜਾਬ ਤੇ ਪੰਜਾਬੀ ਦਾ ਪਲਾਹ ਕਰਨਾ ਹੈ ਹੋਰ ਇਹਨਾਂ ਸਾਰੀਆਂ ਗੱਲਾਂ ਤੇ ਝਾਤ ਮਾਰਨ ਨੂੰ ਆਪਣੇ ਨਾਲ ਅਗੈ ਨਾਲ ਅਸਿਸਟ ਤੇ ਸਾਡੇ ਸੀਨੀਅਰ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਬਣੇ ਹੋਏ ਨੇ ਉਹਨਾਂ ਦਾ ਪਹਿਲਾ ਸਵਾਗਤ ਕਰਕੇ ਤਾਂ ਆਪਾਂ ਤਾਜ਼ੀਆਂ ਖਬਰਾਂ ਤੇ ਤਾਜ਼ੇ ਹਾਲਾਤ ਜਾਣਾਂਗੇ ਪੰਜਾਬ ਦੇ ਦਰਸ਼ਕੋ ਪ੍ਰੋਫੈਸਰ ਸਾਹਿਬ ਬਹੁਤ-ਬਹੁਤ ਸਵਾਗਤ ਆ ਸਾਡਾ ਇਸ ਪ੍ਰੋਗਰਾਮ ਓਪਨ ਪਲੈਟਫਾਰਮ ਤੇ ਜਸ ਪੰਜਾਬੀ ਦੇ ਮੰਚ ਤੇ ਬਹੁਤ ਬਹੁਤ ਧੰਨਵਾਦ ਸਸਰੀ ਕਾਲ ਜੀ ਸਸਰੀ ਕਾਲ ਸਸਰੀ ਕਾਲ ਅ ਪ੍ਰੋਫੈਸਰ ਸਾਹਿਬ ਮੈਂ ਕਿਥੋਂ ਸ਼ੁਰੂ ਕਰੂੰਗਾ ਮਹਾਮਾਰੀ ਤੋਂ ਤੁਸੀਂ ਉੱਥੇ ਅ ਇਸ ਟਾਈਮ ਹੋ ਚੰਡੀਗੜ੍ਹ ਦੇ ਵਿੱਚ ਵੀ ਕਹਿੰਦੇ ਸੁਖਨਾ ਲੇਕ ਤੇ ਇੱਕ ਰਾਕ ਗਾਰਡਨ ਤੇ ਉਸ ਤੋਂ ਬਾਅਦ ਇੱਕ ਅ ਬਰਡ ਪਾਰਕ ਹੈ ਉਹ ਵੀ ਬੰਦ ਕਰ ਦਿੱਤਾ ਗਿਆ ਦਾ ਮਤਲਬ ਹਾਲਾਤ ਥੋੜੇ ਜਿਹਾ ਵਿਗੜ ਰਹੇ ਅਗੇ ਨੂੰ ਕੋਈ ਚਿੰਤਾ ਤੇ ਹੈਗੀ ਹੈ ਚਰਚਾ ਵੀ ਹੈਗੀ ਹੈ ਲੋਕ ਇੰਨੇ ਥੱਕ ਚੁੱਕੇ ਆ 2 ਸਾਲ ਤੋਂ ਕੀ ਕਰਾਂ ਉਹ ਪੀਲੇ ਵਾਲਾ ਭੈ ਪੀਲੇ ਵਾਲਾ ਡਰ ਤੇ ਨਹੀਂ ਹੈ ਲੋਕਾਂ ਨੂੰ ਲੱਗਦਾ ਹੈ ਕਿ ਹੁਣ ਤਾਂ ਇਹਦੇ ਨਾਲ ਹੀ ਰਹਿਣਾ ਪੈਣਾ ਅਸੀਂ ਸ਼ੁਰੂ ਚ ਜਿਹੜੇ ਵੀ ਪੜੇ ਲਿਖੇ ਜਿਹੜੇ ਵਾਇਰਸ ਬਾਰੇ ਜਾਣਦੇ ਆ ਇਹੋ ਜਿਹਾ ਕੀ ਕਹਦੀ ਹੈ ਮਹਾਮਾਰੀ ਕੀ ਹੁੰਦੀ ਹੈ ਦੇਖੋ ਇਹਦਾ ਇੱਕੋ ਪਾਸੇ ਇਲਾਜ ਨੂੰ ਜ਼ੋਰ ਦਿੱਤਾ ਜਾ ਰਿਹਾ ਹੈ ਕਿ ਅਸੀਂ ਟੀਕੇ ਕਿਵੇਂ ਲਾਈਏ ਕਿ ਬਾਹਰੋਂ वैक्सीनेशन ਕਰਕੇ ਆਪਣੇ ਆਪ ਨੂੰ ਇਮਿਊਨ ਕਿਵੇਂ ਕਰੀਏ ਉਹਦੇ باوجود ਦੋ ਦੋ ਟੀਕੇ ਲਾਉਣ ਦੇ باوجود ਵੀ ਵਾਇਰਸ ਅਟੈਕ ਕਰ ਰਹੀ ਹੈ ਹਮ ਇੱਕ ਤੇ ਟਿਕਾ ਕਰਨ ਤੇ ਵੀ ਭਰੋਸਾ ਪਹਿਲੇ ਵਰਗਾ ਨਹੀਂ ਵੀ ਜੇ ਟੀਕਾ ਲੱਗ ਗਿਆ ਤਾਂ ਫਿਰ ਤੁਸੀਂ ਸੀਫੇ ਜਿੱਥੇ ਮਰਜੀ ਤੁਰੇ ਫਿਰੋ ਜੇ ਦੋ ਲੱਗਣ ਤੋਂ ਬਾਅਦ ਵੀ ਤੀਜੀ ਵਾਰੀ ਹੋ ਰਿਹਾ ਇੱਕ ਇਹ ਚਿੰਤਾ ਦਾ ਨਹੀਂ ਸਾ ਬੇਸ਼ਅਬੀ ਹੈ ਪ੍ਰੋਫੈਸਰ ਕੱਲ ਕਲੀਅਰ ਕਰਤਾ ਇਹ ਆ ਜਿਹੜੀ ਜਿਹੜੀ ਗੱਲ ਤੁਸੀਂ ਕੀਤੀ ਨਾ ਇਹ ਬਾਹਰ ਲੀਆਂ ਕੰਟਰੀਆਂ ਚ ਵੀ ਇੱਥੇ ਵੀ ਇਹੀ ਹਾਲ ਹੈ ਦੋ ਦੋ ਜਿਹੜੇ ਵੈਕਸੀਨੇਸ਼ਨ ਹੋ ਚੁੱਕੇ ਆ ਔਰ ਈਵਨ ਕਈ ਕਈਆਂ ਨੇ ਬੂਸਟਰ ਵੀ ਲਵਾਇਆ ਉਸ ਤੋਂ ਬਾਅਦ ਉਹ ਵਾਇਰਸ ਦਾ ਸ਼ਿਕਾਰ ਹੋ ਰਹੇ ਆ ਆਪਾਂ ਕਿਸੇ ਤੇ ਉਂਗਲੀ ਚੁੱਕਣ ਤੋਂ ਪਹਿਲਾਂ ਦੱਸਦਾ ਕਿ ਕਿਤੇ ਨਾ ਕਿਤੇ ਵਾਇਰਸ ਹੀ ਨਾ ਸਟਰੋਂਗ ਆ ਜਾਂ ਦਵਾਈਆਂ ਚ ਕਮੀ ਰਹਿ ਰਹੀ ਹੈ ਕੀ ਲੱਗਦਾ ਤੁਹਾਨੂੰ ਇਹ ਤੇ ਦੇਖੋ ਮੈਂ ਡਾਕਟਰ ਤੇ ਨਹੀਂ ਹਾਂ ਮੈਂ ਇਹੋ ਜੀ opinion ਤੇ ਨਹੀਂ ਦਊਂਗਾ ਪਰ ਮੈਂ ਜਿੰਨਾ ਕ ਸਮਝਿਆ ਮੈਨੂੰ ਕਿਉਂਕਿ ਥੋੜੀ ਬਹੁਤ ਸਾਇੰਸ ਤੇ ਮੈਂ ਵੀ ਪੜਿਆ ਹੂੰ ਹੂੰ ਉਹਦੇ ਆਧਾਰ ਤੇ ਮੈਂ ਇਹ ਕਹਿਣਾ ਕਿ ਲੋਕਾਂ ਦੇ ਸਰੀਰ ਨੂੰ ਤਕੜਾ ਕੀਤਾ ਜਾਏ ਲੋਕਾਂ ਦੀ ਸੋਚ ਨੂੰ ਤਕੜਾ ਕੀਤਾ ਜਾਏ ਇਮਿਊਨਿਟੀ ਰੱਬ ਨੇ ਦਿੱਤੀ ਹੋਈ ਹੈ ਸਾਨੂੰ ਪਹਿਲੇ ਹੀ ਦਿੱਤੀ ਹੋਈ ਹੈ ਹੂੰ ਹੂੰ ਵੇਖੋ ਜਿਹੜਾ ਇਹ ਨੇਚਰ ਦੇ ਵਿੱਚ ਹੀ ਆ ਜਿਹੜਾ ਸਰਵਾਈਵਲ ਆਫ ਦਾ ਫਿਟੈਸ ਤੇ ਆਪਾਂ ਉਸ ਪਾਸੇ ਬਿਲਕੁਲ ਨਹੀਂ ਧਿਆਨ ਦਿੰਦੇ ਕਿ ਲੋਕਾਂ ਦੀ ਸਿਹਤ ਚੰਗੀ ਹੋਵੇ ਲੋਕ ਚੰਗੀ ਤਾਜਾ ਫਲ ਫਰੂਟ ਸਬਜ਼ੀਆਂ ਦਾਲਾਂ ਖਰਾਕ ਸਾਰਾ ਕੁਝ ਖਾਣ ਇੱਕ ਖਰਾਕ ਇੱਕ ਆ ਉਸਤਨ ਬੰਦੇ ਦੀ ਜਾ ਆਰ ਤੇ ਬੱਚੇ ਦੀ ਖਰਾਕ ਕਿਹੋ ਜੀ ਹੋਣੀ ਚਾਹੀਦੀ ਕਦੀ ਕੋਈ ਮੈਂ ਲੈਕਚਰ ਦਿੰਦੇ ਨਹੀਂ ਸੁਣਿਆ ਇਹੋ ਹੀ ਰੌਲਾ ਸੁਣੀਦਾ 24 ਘੰਟੇ ਟੀਕੇ ਕਿਵੇਂ ਲਾਉਣੇ ਟੀਕੇ ਕਿਵੇਂ ਲਾਉਣੇ ਕਿੱਥੋਂ ਲਾਉਣੇ ਲਾਇਆ ਕਿ ਨਹੀਂ ਲਾਇਆ ਜਾ ਅਜ ਤੋਂ ਥੱਲੇ ਲਾ ਦਿਆਂਗੇ ਚੜ੍ਹ ਨਹੀਂ ਦੇਣਾ ਇਹੋ ਜੀਆਂ ਗੱਲਾਂ ਜਾਦਾ ਸੁਣਨ ਨੂੰ ਮਿਲਦੀਆਂ ਬੜੇ ਪਰੇਸ਼ਾਨ ਲੋਕਾਂ ਨੂੰ ਕਰਦੀ ਇੱਕ ਤੇ ਉਹ ਵਾਇਰਸ ਤੋਂ ਪਰੇਸ਼ਾਨ ਹੈ ਇੱਕ ਬਰਾਲਾਲ ਜੀ ਉਹਨਾਂ ਨੂੰ ਸਰਕਾਰਾਂ ਪਰੇਸ਼ਾਨ ਕਰ ਦਿੰਦੀਆਂ ਇਹੋ ਜੇ ਹੋਰ ਪਾਬੰਦੀਆਂ ਦੇਸ਼ ਦੇ ਵਿੱਚ ਪਹਿਲਾਂ ਹੀ ਲੋਕ ਸਾਡੇ ਬੜੇ ਪੀੜਤ ਆ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਵਾਇਰਸ ਨੇ ਬਹੁਤ ਤਾਂ ਕੀਤਾ ਉਹ ਤੇ ਹੈ ਹੀ ਇਸ ਕਰਕੇ ਵੀ ਕੇ ਸਾਰੀ ਅਰਥ ਵਿਵਸਥਾ ਟਰਮ ਟਰਮ ਹੋ ਜਾਂਦੀ ਹੈ ਸਾਰਾ ਲੋਕਾਂ ਦਾ ਬੇਰਜ਼ਗਾਰੀ ਫੈਲ ਜਾਂਦੀ ਹੈ ਕੰਮ ਛੋਟੇ بڑے ਕਾਰੋਬਾਰ ਖਤਮ ਹੋ ਜਾਂਦੇ ਲੋਕ ਤੇ ਜਿਹੜੀ ਤੇ ਮਿਡਲ ਕਲਾਸ ਅਪਰ ਮਿਡਲ ਕਲਾਸ ਆ ਉਹ ਤੇ ਫਿਰ ਵੀ ਉਹ ਜੇ ਝਟਕੇ ਸਹਿ ਲੈਂਦੀਆਂ ਕਿਹਦੀਆਂ ਪੈਨਸ਼ਨ ਆ ਕਿਸੇ ਨੂੰ ਪੈਸਾ ਕਿਸੇ ਦੀ ਆਪਣੇ ਬਚਾਈਆਂ ਜਾਂ ਬਚਤਾਂ ਟਾਈਮ ਕੱਢ ਜਾਂਦੀ ਗਰੀਬ ਕੀ ਕਰੇ ਜਿਹਨੇ ਸਵੇਰੇ ਕਮਾਉਣਾ ਸ਼ਾਮ ਲੁਕਾਣਾ ਇਹ ਸਾਰਾ ਕੁਝ ਚਿੰਤਾ ਦਾ ਗਿਸ਼ਾ ਵਾਇਰਸ ਦੇ ਨਾਲ ਨਾਲ ਮੈਨੂੰ ਤੇ ਗਰੀਬੀ ਗਰੀਬਾਂ ਦੀ ਗਰੀਬੀ ਦੇ ਬਾਰੇ ਵੀ ਇੱਕ ਚਿੰਤਾ ਹੁੰਦੀ ਹੈ ਕਿ ਉਹ ਟਾਈਮ ਇਹ ਹੋ ਜਾ ਕਿਵੇਂ ਕੱਢਣਗੇ ਤੁਹਾਨੂੰ ਯਾਦ ਹੈ ਜਦੋਂ ਪਿਛਲੀ ਵਾਰੀ ਵੀ ਲਾਕਡਾਊਨ ਲੱਗਾ ਸੀ ਤੇ ਕਿਵੇਂ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਚ ਲੋਕ ਪੈਦਲ 1000 ਤੋਂ 2000 ਕਿਲੋਮੀਟਰ ਮੈਂ ਰਾਂ ਜੋ ਖੂਗੁਰ ਵਗ ਰਿਹਾ ਸੀਗਾ ਕਿ ਜਾ ਕੇ ਇੱਕ ਪਿੰਡੋਂ ਪਿੰਡੀ ਚਲੇ ਗਏ ਸੀ ਕਿਉਂਕਿ ਭੁੱਖੇ ਮਰਨ ਲੱਗੇ ਸੀ ਉਹ ਕਹਿੰਦੇ ਸੀ ਵਾਇਰਸ ਨਾਲ ਤੇ ਮਰੇ ਮਰੇ ਸੀ ਤੇ ਭੁੱਖ ਨਾਲ ਹੀ ਮਰਨ ਲੱਗੇ ਉਹ ਹਾਲਾਤ ਦੁਬਾਰਾ ਨਾ ਬਣ ਇਹ ਚਿੰਤਾ ਦੀਆਂ ਗੱਲਾਂ ਚਿੰਤਾ ਦੀਆਂ ਗੱਲਾਂ ਪ੍ਰੋਫੈਸਰ ਸਾਹਿਬ ਅਰਦਾਸ ਕਰਾਂਗੇ ਉਹ ਜੀ ਹਾਲਾਤ ਨਾ ਬਣ ਮੈਂ ਇਸ ਮਾ ਹਮਾਰੀ ਤੋਂ ਛੁਟਕਾਰਾ ਮਿਲੇ ਪ੍ਰੋਫੈਸਰ ਸਾਹਿਬ ਬਹੁਤ ਦਿਨਾਂ ਬਾਅਦ ਪੋਲਿਟੀਕਲ ਪ੍ਰੋਗਰਾਮ ਕਰਨ ਲੱਗੇ ਖਾਸ ਕਰਕੇ ਤੁਹਾਡਾ ਤੁਹਾਡਾ ਤੁਸੀਂ ਟਾਈਮ ਕੱਢਿਆ ਧੰਨਵਾਦ ਮੈਂ ਨਾ ਅੱਜ ਆਪਾਂ ਪੰਜਾਬ ਇਲੈਕਸ਼ਨਾਂ ਦੀ ਗੱਲ ਕਰੀ ਹੈ ਪ੍ਰੋਫੈਸਰ ਸਾਹਿਬ ਤਾਂ ਬਾਕੀ ਪਾਰਟੀਆਂ ਫੇਰ ਵੀ ਕੋਈ ਇੱਕ ਅੱਧਾ ਕੋਈ ਲੀਡਰ ਆ ਉਹਦੀ ਡਾਇਰੈਕਸ਼ਨ ਅੰਦਰ ਚੱਲ ਰਿਆ ਇਹ ਉਹ ਮੈਨੂੰ ਪੰਜਾਬ ਕਾਂਗਰਸ ਤੇ ਬੜਾ ਤਰਸ ਆ ਰਿਹਾ ਇਸ ਟਾਈਮ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਮੈਂ ਸਿੰਪਲ ਜੀ ਗੱਲ ਕਰਦਾ ਕਿ ਆਪਾਂ ਜਿਹੜੀ ਹੈ ਤਰਤਲ ਦੇ ਉੱਤੇ ਜਿਹੜੀ ਇੰਪਲੀਮੈਂਟੇਸ਼ਨ ਦੀ ਗੱਲ ਕਰਦੇ ਕਿਸੇ ਕਿਸੇ ਵੀ ਐਲਾਨ ਦੀ ਉਹ ਬਹੁਤ ਦੂਰ ਦੀਆਂ ਗੱਲਾਂ ਨੇ ਗੱਲਾਂ ਹੈ ਕਿ ਜਦੋਂ ਇੱਕ ਘਰ ਦੇ ਵਿੱਚੋਂ ਹੀ ਪੰਜ ਜੀ ਹੈ ਤਾਂ ਉਹਨਾਂ ਦੀ ਅੱਡਾ ਡਵਾ ਜਾ ਰਹੀ ਹੈ ਤਾਜ਼ਾ ਮੈਂ ਗੱਲ ਕਰਦੇ ਆ ਪੰਜਾਬ ਕਾਂਗਰਸ ਪ੍ਰਧਾਨ ਸudar navjot singh sidhu ਪਹਿਲਾਂ ਗੱਲ ਫ੍ਰੀ ਬੀਸ ਫ੍ਰੀ ਬੀਸ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਹੁੰਦੇ 1000 ਰੁਪਿਆ ਅਸੀਂ ਮਹੀਨਾ 18 ਸਾਲ ਤੋਂ ਉੱਪਰ ਹਰੇਕ ਲੇਡੀਜ਼ ਨੂੰ ਦੇ ਦਾਂਗੇ ਠੀਕ ਹੈ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸਾਹਿਬ ਹੁੰਦੇ ਉਹ ਕਹਿੰਦੇ ਸੀ 2000 ਦੇ ਦਾਂਗੇ ਨਵਜੋਤ ਸਿੰਘ ਸਿੱਧੂ ਸਾਹਿਬ ਹੁੰਦੇ ਉਹ ਕਹਿੰਦੇ ਅਸੀਂ ਵੀ 2000 ਦੇ ਦਾਂਗੇ ਚੰਗੀ ਗੱਲ ਆ ਭਾਈ ਦੇ ਦਿਓ ਜੇ ਇੱਥੋਂ ਦੀ ਕੰਟਰੀ ਆ ਇੱਕ ਮਿਡਲ ਕਲਾਸ ਪੜ੍ਹੇ ਲਿਖੇ ਬੰਦੇ ਨੂੰ ਪੁੱਛੋ ਤੋ ਕਹੂਗਾ ਕਿ ਨਹੀਂ ਉਹਨਾਂ ਨੂੰ ਐਸ ਲਾਇਕ ਕਰੋ ਕਿ ਆਪ ਕਰੋ ਬਾਹਰ ਜਾਣ ਤੇ ਉਹ ਕਮਾ ਕੇ ਖਾਣ ਉਹ ਵੱਲ ਵਿਦਿਅਕ ادارے ਹੋਣ ਤੇ ਉਸ ਤੋਂ ਬਾਅਦ ਉਹਨਾਂ ਨੂੰ ਜੋਬ ਦਾ ਇੰਤਜ਼ਾਮ ਹੋਵੇ ਇਹ ਤਾਂ ਗੱਲ ਹੋ ਗਈ ਪ੍ਰੈਕਟੀਕੈਲਿਟੀ ਤੇ ਜੇਗਾ ਪਾਸੋਚੀ ਪਰ ਉਹ ਗੱਲ ਨੂੰ ਆਪਾਂ ਪਾਸੇ ਰੱਖ ਕੇ ਪ੍ਰੋਫੈਸਰ ਸਾਹਿਬ ਆਪਾਂ ਇਸ ਗੱਲ ਤੇ ਧਿਆਨ ਦਈਏ ਕਿ ਨਵਜੋਤ ਸਿੰਘ ਸਿੱਧੂ ਇੱਕ ਬਿਆਨ ਦਿੰਦੇ ਉਹਨਾਂ ਦੀ ਹੀ ਪਾਰਟੀ ਦਾ ਕੈਬਨਿਟ ਮਨਿਸਟਰ ਭਾਰਤ ਪੂਸ਼ਣ ਆਸੂ ਜਿਹੜਾ ਲੁਧਿਆਣੇ ਤੋਂ ਉਹਨਾਂ ਦੀ ਮਾਨਯੋਗ ਧਰਮ ਪਤਨੀ ਕਹਿੰਦੀ ਹੈ ਕਿ ਨਹੀਂ ਸਾਨੂੰ 2000 ਨਹੀਂ ਚਾਹੀਦਾ ਸਾਨੂੰ ਸਮਾਨਤਾ ਚਾਹੀਦੀ ਆ ਚਲੋ ਆਪ ਜਿਗਾ ਉਹ ਵੀ ਸਹੀ ਨੇ ਮੈਨੂੰ ਸਿਰਫ ਆ ਮੈਂ ਇੱਕ ਤਾਂ ਬੁਮਿਕਾ ਜੀ ਬਣੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਪਹਿਲਾਂ ਇੱਕ ਜਾਂ ਦੋ ਜਾਂ ਤਿੰਨ ਹੁਣ ਤਾਂ ਲੱਗਦਾ ਵੀ ਇੱਕ ਗਰੁੱਪ ਰੋਜ਼ ਦਾ ਬਣ ਰਿਹਾ ਹੈ ਤੁਹਾਨੂੰ ਕੀ ਲੱਗਦਾ ਇਹ ਇੰਨੀ ਕੋਲ ਇਲੈਕਸ਼ਨ ਹੈ ਤੇ ਕਿਦਾਂ ਪੂਰੀਆਂ ਪਹੁੰਚਗੇ ਲਾਲ ਜੀ ਤੁਸੀਂ ਤਰਸ ਵਾਲੀ ਜਿਹੜੇ ਸ਼ਬਦ ਵਾਰ-ਵਾਰ ਵਰਤੇ ਆ ਉਹ ਕੱਲਾ ਕਾਂਗਰਸ ਲਈ ਨਹੀਂ ਸਾਰਿਆਂ ਦੀ ਹਾਲਤ ਹੈ ਹੋ ਜੀ ਇਹਨਾਂ ਦੇ ਤਰਸੇ ਆਉਂਦਾ ਕਿਉਂਕਿ ਕੁਝ ਨਾ ਕੁਝ ਕਰਦੇ ਲੱਗਦੇ ਆ ਹੂੰ ਕਈ ਤੇ ਚੁੱਪੀ ਆ ਪਤਾ ਹੀ ਨਹੀਂ ਲੱਗਦਾ ਕੀ ਕਰ ਰਹੇ ਆ ਵਿੱਚੋਂ ਕੀ ਚੱਲ ਰਿਹਾ ਜੀ ਉਹਨਾਂ ਦੀ ਉਹ ਨਹੀਂ ਉਹਨਾਂ ਦੀ ਨਹੀਂ ਕਈ ਪਾਰਟੀਆਂ ਜਿਹੜੀਆਂ ਉਹ ਉਹਨਾਂ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਕਿੱਥੇ ਕੀ ਹੈਗੀਆਂ ਆ ਉਹਨਾਂ ਦੇ ਤੇ ਤਰਸ ਵੀ ਨਹੀਂ ਕੀਤਾ ਜਾ ਸਕਦਾ ਇਹਨਾਂ ਦੇ ਤੇ ਤੁਹਾਨੂੰ ਤਰਸ ਆ ਰਿਹਾ ਕਿਉਂਕਿ ਕੁਝ ਕਰ ਰਹੇ ਆ ਹੂੰ ਰਹੀ ਗੱਲ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਬਾਰ-ਬਾਰ ਸਟੇਜਾਂ ਤੋਂ ਕਿ ਮੈਂ ਤੇ ਆਪਣਾ ਜਿਹੜਾ ਪ੍ਰੋਗਰਾਮ ਦਵਾਂਗਾ ਮੈਂ ਆਪਣਾ ਅਜੰਡਾ ਲੈ ਕੇ ਆਇਆ ਹਾਂ ਮੁੱਦਿਆਂ ਦੀ ਰਾਜਨੀਤੀ ਕਰੂੰਗਾ ਮੈਂ ਲੌਲੀਪੌਪਸ ਨਹੀਂ ਦੇਣੇ ਕਿ ਵੋਟਾਂ ਲਈ ਲੋਕਾਂ ਨੂੰ ਪਰਮਤ ਕਰਨ ਲਈ ਮੈਂ ਕੋਈ ਐਲਾਨ ਨਹੀਂ ਕਰਨੇ ਇਹ ਅਚਾਨਕ ਐਲਾਨ ਕਿੱਥੋਂ ਆਇਆ ਇਹ ਕਾਫੀ ਸੋਸ਼ਲ ਮੀਡੀਆ ਤੇ ਤੁਸੀਂ ਵੀ ਪੜਿਆ ਅਸੀਂ ਵੀ ਪੜਿਆ ਚਰਚਾ ਦਾ ਵਿਸ਼ਾ ਬਣਿਆ ਇਹ ਕੀਤਾ ਤੇ ਕੇਜਰੀਵਾਲ ਸਾਹਿਬ ਨੇ ਸ਼ੁਰੂ ਆ ਕੇ ਜਦੋਂ 100000 ਰੁਪਏ ਦਾ ਹੋਇਆ ਕਿ ਆ ਕੇ ਮੈਂ 12000 13000 ਕਰੋੜ ਰੁਪਏ ਦਾ ਹੂੰ ਹੂੰ ਇਹੋ ਜਿਹੇ ਲੋਕਾਂ ਨੇ ਕਿਹਾ ਫਰੀ ਬੀਜ ਜੋ ਵੀ ਕਹਲੋ ਨੂੰ ਕਿ ਮੈਂ ਹਰ ਬੀਬੀ ਨੂੰ 18 ਸਾਲ ਤੋਂ ਉੱਪਰ ਇਹਦਾ ਮਤਲਬ ਸੀ ਕਿ ਸਿੱਧੀ ਸਿੱਧੀ ਵੋਟਾਂ ਲਈ ਬੋਲੀ ਲਾਤੀ ਕਿਉਂਕਿ 18 ਸਾਲ ਤੋਂ ਉੱਪਰ ਵੋਟ ਬਣਦੀ ਹੈ ਤੇ ਹਰ ਬੀਬੀ ਨੂੰ ਕਹਿਤਾ ਕਿ ਮੈਂ 1000 ਰੁਪਏ ਦਵਾਂ ਕਿ ਸਾਰਿਆਂ ਨੂੰ ਚਲੋ ਜੇ ਉਹਦੀ ਇਹ ਦਾ ਪੀਚ 70% ਬੀਬੀਆਂ ਲਈ ਵੀ ਕਾਮਯਾਬ ਹੋਵੇ ਹੂੰ ਹੂੰ ਤਾਂ ਕਾਫੀ ਵੱਡੀ ਗਿਣਤੀ ਹੋਰ ਉਹਨਾਂ ਨੇ ਇੱਕ ਹੱਦ ਤੱਕ ਚੰਡੀਗੜ੍ਹ ਦੀ ਜਿਹੜੀ ਐਮਸੀ ਦੀ ਚੋਣ ਹੋਈ ਉਹਦੇ ਚ 14 ਸੀਟਾਂ ਲੈ ਕੇ 35 ਚੋਂ 14 ਲੈ ਕੇ ਸਭ ਤੋਂ ਵੱਡੀ ਪਾਰਟੀ ਦੇ ਤੌਰ ਤੇ ਅਮਰਜ ਹੋਏ ਭਾਵੇਂ ਕਿ ਮੇਅਰ ਬਣ ਦੇ ਵਿੱਚ ਦਿੱਕਤਾਂ ਆ ਰਹੀਆਂ ਉਹਨਾਂ ਸਰ ਬੀਜੇਪੀ ਨੇ ਖਰੀਦਾਬਪਰੋਖਤ ਸ਼ੁਰੂ ਕਰਤੀ ਬਣਾ ਲੈ ਹੂੰ ਹੂੰ ਉਦੋਂ ਬਾਅਦ ਕਾਂਗਰਸ ਦੇ ਹੱਥ ਪੈਰ ਫੁੱਲਣ ਲੱਗੇ ਕਿ ਇਹਦਾ ਮਤਲਬ ਇਹ ਆ ਕਿ ਸਾਡੇ ਲੋਕ ਜਾਂ ਸਾਡੇ ਵੋਟਰ ਇੰਨੇ ਇਹ ਜਿਹੜੇ ਲਾਲਚ ਵਿੱਚ ਆ ਜਾਂਦੇ ਆ ਵਲਨੇਬਲ ਆ ਵੋਟਰ ਹੀ ਇੰਨੇ ਆਪਾ ਪਕੜੇ ਸਖਤ ਤੇ ਚੇਤਨ ਨਹੀਂ ਕਰ पाए ਕਿ ਉਹ ਜੋ ਅਸੀਂ ਸੋਚਦੇ ਆ ਲੀਡਰ ਸਾਹਿਬਾਨ ਸੋਚਦੇ ਆ ਆਪਾਂ ਮਿਡਲ ਕਲਾਸ ਸੋਚਦੇ ਆ ਪੜੇ ਲਿਖੇ ਸੋਚਦੇ ਆ ਕਿ ਉਹ ਉਸੇ ਤਰੀਕੇ ਨਾਲ ਹੀ ਬਿਹੇਵ ਕਰਨਗੇ ਤੇ ਉਸ ਘਬਰਾਟ ਚੋਂ ਮੈਨੂੰ ਲੱਗਦਾ ਆ ਕਿ ਇਹਨਾਂ ਨੇ ਕਿਹਾ ਕਿ ਇਹ ਨਾ ਹੋਵੇ ਕਿ ਅਸੀਂ ਤੇ ਕਰਦੇ ਹਾਂ ਅਸੀਂ ਆਪਣੇ ਏਜੰਡੇ ਤੇ ਮੁੱਦੇ ਲਾਗੂ ਕਰਨੇ ਆ ਪੰਜਾਬ ਨੂੰ ਬਦਲਣਾ ਤੇ ਜੇ ਸੱਤਾ ਜੀ ਨਾ ਆਏ ਸੱਤਾ ਤੋਂ ਬਾਹਰ ਕਿਸੇ ਨੇ ਕਰਤਾ ਫਿਰ ਕੀ ਹੋਊਗਾ ਉਸੇ ਉਹੀ ਗੱਲ ਕਰ ਰਹੇ ਬਿਲਕੁਲ ਇਸੇ ਕਰਕੇ ਇਹਨਾਂ ਨੇ ਆਪਣੇ ਵੱਲੋਂ ਇਹ ਸਾਰੇ ਏਜੰਡੇ ਫਟਾਫਟ ਐਲਾਨ ਕੀਤੇ ਹਾਂ ਔਰ ਮੈਨੂੰ ਲੱਗਦਾ ਇੱਕ ਫਰਕ ਹੈਗਾ ਹੂੰ ਹੂੰ ਫਰਕ ਇਹ ਹੈਗਾ ਕਿ ਜਿੱਥੇ ਉਹਨਾਂ ਨੇ ਹਰ ਚੰਗੀ ਮਾੜੀ ਵੱਡੀ ਚੰਗੀ ਮਾੜੀ ਦਾ ਮਤਲਬ ਆਰਥਿਕ ਤੌਰ ਤੇ ਸੋਰੀ ਇਹ ਸ਼ਬਦ ਬਹੁਤੇ ਠੀਕ ਨਹੀਂ ਜਿਹੜੇ ਆਰਥਿਕ ਤੌਰ ਤੇ ਗਰੀਬ ਅਮੀਰ ਜਿਹੜੇ ਆ ਹੂੰ ਹੂੰ ਉਹ ਉਹਨਾਂ ਨੂੰ ਸਾਰਿਆਂ ਨੂੰ ਕਹਿੰਦਾ ਹੂੰ ਹੂੰ ਕਿ ਅਸੀਂ ਹਜ਼ਾਰ ਹਜ਼ਾਰ ਰੁਪਿਆ ਦੇਵਾਂਗੇ ਲੋਕਾਂ ਨੇ ਕਿਹਾ ਕਿ ਜਿਹੜੇ ਬਾਦਲ ਪਰਵਾਰ ਨੇ ਬਿਲੂ ਪਰਨੀਤ ਕੌਰ ਨੂੰ ਵੀ ਹਜ਼ਾਰ ਰੁਪਿਆ ਹਰ ਮਹੀਨੇ ਦੇਵੋ ਇਸ ਇੱਥੇ ਮਜ਼ਾਕ ਚੱਲੇ ਸਾਰੀ ਜੀ ਜੀ ਹਾਂਜੀ ਪਰ ਪਰ ਇਹਨਾਂ ਨੇ ਇਹ ਗੱਲ ਨਹੀਂ ਕਹੀ ਇਹਨਾਂ ਨੇ ਸਕੂਲਾਂ ਤੇ ਬੱਚੀਆਂ ਤੇ ਜ਼ਿਆਦਾ ਜ਼ੋਰ ਲਾਇਆ ਕਿ ਜੇ ਕੋਈ ਪੰਜਵੀਂ ਕਲਾਸ ਬੱਚੀ ਪਾਸ ਕਰਦੀ ਹੈ ਕਿਉਂਕਿ ਉਹਨਾਂ ਨੂੰ ਇਹ ਪਹਿਲਾ ਮੁਕਾ ਬਣਾਈ ਗਈ ਕਿ ਬੱਚੀਆਂ ਨੂੰ ਪੜਾਉਣਾ ਇੱਥੇ ਨਹੀਂ ਜ਼ੋਰ ਦਿੱਤਾ ਜਾਂਦਾ ਬਹੁਤ ਸਾਰੀਆਂ ਬੱਚੀਆਂ ਡਰਾਪ ਆਊਟ ਹੋ ਜਾਂਦੀਆਂ ਕਿ ਐਸੀ 5-5000 ਦੇਾਂਗੇ ਫਿਰ ਅੱਠਵੀਂ ਨੂੰ 10000 ਇਸ ਤਰ੍ਹਾਂ ਗਾਂ ਤੋਂ ਗਾਂ ਕਰਕੇ ਤੇ ਜਿਹੜੀ ਬੱਚੀ ਪਲੱਸ 2 ਕਰਕੇ ਕਾਲਜ ਜਾਊਗੀ ਅਸੀਂ ਉਹਨੂੰ ਸਕੂਟੀ ਵੀ ਇਲੈਕਟ੍ਰੋਨਿਕ ਕੋਈ ਸਕੂਟੀ ਵੀ ਦਿਆਂਗੇ। ਕੁਝ ਮੈਨੂੰ ਵੀ ਲੱਗਾ ਕਿ ਜ਼ਿਆਦਾ ਹੀ ਹੋ ਗਿਆ ਪਰ ਹੋ ਸਕਦਾ ਕਿ ਇਹਦੇ ਨਾਲ ਲੋਕਾਂ ਨੂੰ ਇਹ ਇਹ ਵੀ ਉਸੇ ਹੀ ਤਰੀਕੇ ਨਾਲ ਪਰਮਤ ਕਰਨ ਚੱਲ ਪਏ ਜਿਵੇਂ ਕੇਜਰੀਵਾਲ ਤੇ ਉਦੋਂ ਬਾਅਦ ਬਾਦਲ ਸਾਹਿਬ ਤੇ ਉਦੋਂ ਬਾਅਦ ਇਹਨਾਂ ਦੀ ਵਾਰੀ ਆ ਗਈ ਇਹ ਹੁਣ ਇੱਕ ਕਿਸਮ ਦੇ ਪਰਮਤ ਦਾ ਮੁਕਾਬਲਾ ਆਪਸ ਵਿੱਚ ਹੋ ਗਿਆ। ਰਹਿ ਅੱਠ ਗੈਸ ਸਿਲੰਡਰ ਦੇ ਉਹ ਬੀਬੀਆਂ ਸਵਾਨੀਆਂ ਜਿਹੜੀਆਂ ਹਾਊਸ ਵਾਈਫ ਜਿੰਨਾਂ ਨੂੰ ਕਹਿੰਦੇ ਆ ਘਰਾਂ ਚ ਕੰਮ ਕਰਦੀਆਂ ਆ ਜਿਹੜੀਆਂ ਐਮਪਲੋਇਡ ਨਹੀਂ ਹੈਗੀਆਂ ਉਹਨਾਂ ਨੂੰ ਕਿਹਾ ਸਾਲ ਦੇ ਅਸੀਂ 8 ਸਿਲੰਡਰ ਦੇਵਾਂਗੇ ਸ਼ਾਇਦ 2000 ਰੁਪਇਆ ਮੈਨੂੰ ਕਿ ਕੋਈ ਇੰਨਾ ਜ਼ਿਆਦਾ ਕੁਝ ਸੀਗਾ ਮੇਰੇ ਕੋਲ ਸਾਰਾ ਚੇਤੇ ਨਹੀਂ ਰੱਖਿਆ ਗਿਆ ਮੇਰੇ ਕੋਲ ਚੇਤੇ ਹੈ ਆਪਾਂ ਆਪਣੇ ਕੋਲ ਵਿਸ਼ੇ ਹੋ ਰਿਹਾ ਆਪਾਂ ਉਧਰ ਚੱਲ ਚੱਲਦੇ ਆ ਪ੍ਰੋਫੈਸਰ ਸਾਹਿਬ ਤੁਸੀਂ ਲੈਬਰੇਟ ਬਹੁਤ ਸੋਹਣਾ ਕਰ ਰਹੇ ਆ ਪਰ ਆਪਾਂ ਨੂੰ ਇੱਕ ਕੁਇਕ ਬ੍ਰੇਕ ਲਈ ਰੁਕਣਾ ਪੈ ਰਿਹਾ ਦਰਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਪ੍ਰੋਫੈਸਰ ਮਨਜੀਤ ਸਿੰਘ ਜੀ ਬੜੇ ਵਿਸਤਾਰ ਨਾਲ ਗੱਲ ਚੰਗੀ ਤਰ੍ਹਾਂ ਸਮਝਾ ਰਹੇ ਨੇ ਪਰ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਦੇ ਬਣੇ ਰਹੋ ਜਸ ਪੰਜਾਬੀ ਦੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੇਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਬਣੇ ਹੋਏ ਨੇ ਮਾਨਯੋਗ ਪ੍ਰੋਫੈਸਰ ਮਨਜੀਤ ਸਿੰਘ ਜੀ ਅ ਸਰ ਬਹੁਤ ਸੋਹਣਾ ਤੁਸੀਂ ਵਿਸਤਾਰ ਨਾਲ ਗੱਲ ਤਾਂ ਸਮਝਾਈ ਸੀ ਪਰ ਮੈਂ ਦਰਸ਼ਕਾਂ ਨੂੰ ਇੱਕ ਦੋ ਗੱਲਾਂ ਕਲੀਅਰ ਕਰਦਾ ਅ ਤੁਸੀਂ ਬੜਾ ਸੋਹਣਾ ਕਿਹਾ ਕਿ ਇਹ ਕੁਝ ਕਰ ਰਹੇ ਤੇ ਦਿਖ ਰਿਹਾ ਜੇ ਵਿਚੋਂ ਕੁਝ ਮੜੀ-ਮੋਟੀ ਇੱਕ ਦੂਜੇ ਦੇ ਪ੍ਰਤੀ ਕੜਵਾਹਟ ਹੈ ਤਾਂ ਉਬਲ ਕੇ ਬਾਹਰ ਆ ਰਹੀ ਲੋਕਾਂ ਨੂੰ ਦਿਖ ਰਹੀ ਹੈ ਅ ਜੇ ਕਹਿਣਾ ਮਤਲਬ ਦਾੜ ਰੱਖੀ ਹੋਈ ਆ ਉੱਤੇ ਟੱਕਣ ਹੈ ਨੀਗਾ ਛਿੱਟੇ ਬਾਹਰ ਆ ਰਿਹਾ ਪਰ ਹੌਲੀ ਹੌਲੀ ਹੋ ਸਕਦਾ ਵਧੀਆ ਪੱਕੇ ਵਧੀਆ ਆਵੇ ਲੋਕਾਂ ਮੋਰੇ ਪਰ ਕਈ ਜਿਹੜੀਆਂ ਦੂਜੀਆਂ ਪਾਰਟੀਆਂ ਉਹਨਾਂ ਦਾ ਟੱਕਣਾ ਅੰਦਰ ਅੰਦਰ ਰਜ ਰਹੀ ਹੈ ਔਰ ਮੈਂ ਇਹ ਦਰਸ਼ਕਾਂ ਨੂੰ ਕਲੀਅਰ ਕਰਦਾ ਜਿਆਦਾ ਹੀ ਟਕੀ ਰਿਜੇ ਤੋਂ ਥੱਲੇ ਲੱਗ ਜਾਂਦੀ ਹੁੰਦੀ ਹੈ ਔਰ ਤੁਸੀਂ ਸਾਰੇ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਆ ਦੂਜੀ ਗੱਲ ਰਹੀ ਚੰਡੀਗੜ੍ਹ ਦੇ ਮੇਅਰ ਦੀ ਪ੍ਰੋਫੈਸਰ ਸਾਹਿਬ ਨੇ ਦੱਸਿਆ 35 ਸੀਟਾਂ ਆ ਉਹਨੂੰ 18 ਸੀਟਾਂ ਚਾਹੀਦੀਆਂ ਸੀ ਪਰ 19 ਸੀਟਾਂ ਚਾਹੀਦੀਆਂ ਕਿਉਂਕਿ ਉੱਥੋਂ ਦੀ ਜਿਹੜੀ ਐਮਪੀ ਕਿਰਨ ਖਹਿਰ ਆ ਉਹਦੀ ਵੋਟ ਵੀ ਉਹਦੇ ਵਿੱਚ ਗਿਣੀ ਜਾਂਦੀ ਸੋ 36 ਸੀਟਾਂ ਦੇ ਵਿੱਚੋਂ ਜਿਹੜਾ 19 ਸੀਟਾਂ ਲਿਜਾਊਗਾ ਉਹ ਆਪਦਾ ਮੇਅਰ ਬਣਾਊਗਾ ਜਿੱਦਾਂ ਪ੍ਰੋਫੈਸਰ ਸਾਹਿਬ ਨੇ ਬੜਾ ਸੋਹਣਾ ਕਲੀਅਰ ਕੀਤਾ ਕਿ ਹੁਣ 14 ਸੀਟਾਂ ਉਹਨਾਂ ਕੋਲ ਵੀ ਹੈਗੀਆਂ ਭਾਜੀਪੀ ਦੇ 14 ਆਮ ਆਦਮੀ ਪਾਰਟੀ ਕੋਲ ਬੀਜਪੀ ਕੋਲ ਕੇਂਦਰੀ ਸਰਕਾਰ ਹੈ ਹਰਿਆਣਾ ਸਰਕਾਰ ਨਾਲ ਹੈ ਉਹਨਾਂ ਨੇ ਚਾਰ ਪੰਜ ਬੰਦੇ ਹੋਰ ਕਿਤਨ ਕਿਤੋਂ ਲਿਆ ਕੇ ਆਪਦਾ ਮੇਰ ਬਣਾ ਲੈਣਾ ਇੱਥੇ ਕੋ ਸਿਚੁਏਸ਼ਨ ਹੈ ਪ੍ਰੋਫੈਸਰ ਸਾਹਿਬ ਆਪਾਂ ਨਾ ਗੱਲ ਹੋਰ ਮੁੱਦੇ ਹਾਲ ਚੱਲਦੇ ਤੁਸੀਂ ਪਾਰਟੀਆਂ ਦੀ ਤਾਂ ਬਹੁਤ ਸੋਹਣੀ ਗੱਲ ਕੀਤੀ ਕਿ ਠੀਕ ਹੈ ਨਵਜੋਤ ਸਿੰਘ ਸਿੱਧੂ ਦੀ ਮੈਂ ਅੱਜ ਵੀ ਪ੍ਰੇਜ਼ ਕਰਦਾ ਕਿ ਉਹਦੇ ਉੱਤੇ ਕੈਰੈਕਟਰ ਤੇ ਕਰਾਪਸ਼ਨ ਦਾ ਕੋਈ ਦੋਸ਼ ਨਹੀਂ ਹੈ ਔਰ ਉਹ ਮੁੱਦਿਆਂ ਨੂੰ ਲੈ ਕੇ ਚੱਲ ਰਿਹਾ ਉਹਨੇ ਬਹੁਤ ਸੋਹਣਾ ਜਿਹੜੀ ਆ ਤੇ ਲੈਗਾਨਾਂ ਦੀ ਰੇਤ ਪਾਲਿਸੀ ਦਾ ਕਿਆ ਸੀਗਾ ਆ ਤਾਮਿਲਨਾਡੂ ਦੀ ਲਿਕਰ ਪਾਲਿਸੀ ਦਾ ਕਿਆ ਸੀ ਬਹੁਤ ਸੋਹਣਾ ਉਹ ਲੈ ਕੇ ਆਇਆ ਸੀ ਕਾਸ਼ ਉਹ ਇੰਪਲੀਮੈਂਟੇਸ਼ਨ ਹੋ ਜਾਂਦੀ ਜਦੋਂ ਦਾ ਇਹਨਾਂ ਦੀ ਸਰਕਾਰ ਬਣੀ ਪਰ ਨਹੀਂ ਹੋਈ ਆਉਣ ਵਾਲਾ ਵਕਤ ਕੀ ਲੈ ਕੇ ਆਉਂਦਾ ਕੌਣ ਕਿਨੂੰ ਪਾਵਰ ਮਿਲਦੀ ਆ ਕਿਤੇ ਪੰਜਾਬ ਤੇ ਪੰਜਾਬੀ ਇਦਾਂ ਭਲਾ ਹੁੰਦਾ ਦਿਖੇ ਤਾਂ ਬਹੁਤ ਚੰਗੀ ਗੱਲ ਆ ਆਪਾਂ ਇੱਕ ਬਹੁਤ ਸੋਹਣੀ ਗੱਲ ਮੈਂ ਵੀ ਬਹੁਤ ਜਿਹੜੀ ਗੰਭੀਰ ਮਸਲਾ ਜਿਹੜਾ ਮੇਰੇ ਦਿਮਾਗ 'ਚ ਔਰ ਇੱਥੇ ਬੈਠੇ ਲੋਕਾਂ ਦਾ ਪ੍ਰੋਫੈਸਰ ਸਾਹਿਬ ਉਹ ਗੱਲ ਸਮਝਾਇਓ ਸਾਨੂੰ ਉਹ ਗੱਲ ਇਹ ਆ ਕਿ ਕਿਸਾਨ ਜਥੇਬੰਦੀਆਂ 32 ਦੀਆਂ 32 ਕਿਸਾਨ ਜਥੇਬੰਦੀਆਂ ਚਲੋ ਕਾਮਯਾਬ ਹੋ ਗਏ ਅੰਦੋਲਨ ਦੇ ਵਿੱਚ ਖੇਤੀ ਕਾਨੂੰਨ ਵਾਪਸ ਚਲੇ ਗਏ ਬਹੁਤ ਚੰਗੀ ਗੱਲ ਆ ਜਿੱਤਿਆ ਕੋਈ ਨਹੀਂ ਸਾਰੇ ਜਿੱਤੇ ਹਾਰਿਆ ਕੋਈ ਨਹੀਂ ਇਹਦੇ ਵਿੱਚ ਸਰਕਾਰ ਵੀ ਵਧਾਈ ਦੀ ਪਾਤਰ ਆ ਕਿ ਇਹ ਸਾਲ ਬਾਅਦ ਵੀ ਉਹਨਾਂ ਨੇ ਵਾਪਸ ਲਾ ਲਏ ਮੇਰਾ ਕੁਐਸਚਨ ਇਹ ਆ ਕਿ ਹੁਣ ਉਦੋਂ ਇਲੈਕਸ਼ਨ ਹੋਏ ਸੀਗੇ ਆ ਡਿਸੀਜਨ ਹੋਇਆ ਸੀ ਕਿ ਇਲੈਕਸ਼ਨ 'ਚ ਕੋਈ ਨਹੀਂ ਜਾਊਗਾ ਹੁਣ ਪਤਾ ਲੱਗਿਆ ਕਿ 22 ਜਥੇਬੰਦੀਆਂ ਜਿਹੜੀਆਂ ਪੰਜਾਬ ਇਲੈਕਸ਼ਨ ਦੇ ਵਿੱਚ ਵੀ ਹਿੱਸਾ ਲੈ ਰਹੀਆਂ ਨੇ ਚਲੋ ਅਗਲਾ ਦਾ ਡਿਸੀਜਨ ਲੈ ਲੈਣ ਕੋਈ ਗੱਲ ਨਹੀਂ ਮੇਰਾ ਜਿਹੜਾ ਵਲਵਲਾ ਖਦਸ਼ਾ ਆ ਉਹ ਦੋ ਚੀਜ਼ਾਂ ਤੇ ਆ ਪ੍ਰੋਫੈਸਰ ਸਭ ਸਮਝਾਉਣਾ ਜ਼ਰੂਰ ਇੱਕ ਕਿ ਕੱਲ ਨੂੰ ਮੰਨ ਲਓ ਕੋਈ ਏਦਾਂ ਦੀ ਸਿਚੁਏਸ਼ਨ ਫੇਰ ਆ ਗਈ ਜਿੱਦਾਂ ਹੁਣ ਉਹ ਪਾਟੋ ਧਾੜ ਹੋ ਗਈਆਂ ਜਥੇਬੰਦੀਆਂ ਕਿ ਕੱਲ ਨੂੰ ਕਿਤੇ ਮੋਰਚਾ ਲਾਉਣ ਦੀ ਸਿਚੁਏਸ਼ਨ ਹੋ ਗਈ ਕਿ ਇਕੱਠੇ ਹੋ ਜਾਣਗੇ ਦੁਬਾਰਾ ਨੰਬਰ 1 ਨੰਬਰ 2 ਬੜੀ ਮਾਣਯੋਗ ਸ਼ਖਸੀਅਤ ਨੇ ਸਰਦਾਰ ਬਲਬੀਰ ਸਿੰਘ ਰਾਜੇਵਾਲ ਸਾਹਿਬ ਲੋਕ ਬੜਾ ਸਤਿਕਾਰ ਕਰਦੇ ਨੇ ਅਸੀਂ ਵੀ ਸਾਰੇ ਕਰਦੇ ਹਾਂ ਉਹਨਾਂ ਦਾ ਉਹ ਕਦੇ ਹੁੰਦਾ ਕਿ ਕਨੈਕਟਡ ਨੇ ਕਿ ਉਹ ਇਲੈਕਸ਼ਨ 'ਚ ਆਉਣਾ ਚਾਹੁੰਦੇ ਆ ਫਿਰ ਹੁੰਦਾ ਕਿ ਕਨੈਕਟਡ ਨੇ ਆਮ ਆਦਮੀ ਪਾਰਟੀ ਨਾਲ ਕਨੈਕਟ ਹੋ ਕੇ ਅੱਗੇ ਵਧਣਾ ਚਾਹੁੰਦੇ ਕਦੇ ਕਹਿੰਦੇ ਨਹੀਂ ਉਹ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦੇ ਉਹ ਸਖਸ਼ੀਦ ਦੇ ਹਿਸਾਬ ਨਾਲ ਉਹਨਾਂ ਨੇ ਬੜਾ ਚੰਗਾ ਰੋਲ ਅਦਾ ਕੀਤਾ ਆਪਦਾ ਅੰਦੋਲਨ ਦੇ ਵਿੱਚ ਉਹ ਸਾਬ ਨਾਲ ਲੋਕ ਚਾਹੁੰਦੇ ਕਿ ਉਹਨਾਂ ਦਾ ਕੀ ਸਟੈਂਡ ਹੈ ਇਸ ਟਾਈਮ ਤੇ ਆਹ ਜਿਹੜੀ ਮੈਂ ਗੱਲ ਕੀਤੀ ਵੀ ਕੱਲ ਨੂੰ ਜੇ ਇਕੱਠੇ ਹੋਣਾ ਪਿਆ ਕੀ ਆਪਾਂ ਹੋ ਜਾਗੇ ਬਲਾਲ ਜੀ ਬੜੀ ਗੱਲ ਸਾਫ਼ ਹੈ ਕਿ ਜਦੋਂ ਇਲੈਕਸ਼ਨਾਂ 'ਚ ਉੱtre ਆਏ ਬੰਦੇ ਤੇ ਇਹਨਾਂ ਨੇ ਆਪਣੀ ਬੱਤੀਆਂ ਨੇ ਮੀਟਿੰਗ ਕੀਤੀ ਜੋ ਮੈਨੂੰ ਇਨਫੋਰਮੇਸ਼ਨ ਮਿਲੀ ਉਹਦੇ 'ਚ ਕੁਝ ਜਥੇਬੰਦੀਆਂ ਹਮੇਸ਼ਾ ਵਾਂਗ ਚੋਣਾਂ 'ਚ ਲੀਡਰਸ਼ਿਪ ਹਿੱਸਾ ਨਹੀਂ ਲੈਂਦੀ ਹੂੰ ਉਹਨਾਂ ਨੇ ਮੈਂਬਰ ਤੇ ਵੋਟਾਂ ਪਾਉਂਦੇ ਜਾਂ ਉਹ ਸ਼ਾਇਦ ਆਪ ਵੀ ਵੋਟਾਂ ਪਾਉਂਦੇ ਹੋਣਗੇ ਵੋਟ ਪਾਉਣਾ ਤੇ ਜ਼ਰੂਰੀ ਆਪਣੀ ਓਪੀਨੀਅਨ ਐਕਸਪ੍ਰੈਸ ਕਰਨਾ ਹੈ ਜੀ ਤੇ ਸੱਤਾ 'ਚ ਜਾਣ ਲਈ ਉਹ ਆਪ ਆਪਣੇ ਕੈਂਡੀਡੇਟ ਖੜੇ ਨਹੀਂ ਕਰਦੇ ਇਹ ਪਹਿਲਾ ਹੀ ਆ ਇਹ ਕੋਈ ਇਸ ਵਾਰੀ ਨਹੀਂ ਹੋਇਆ ਤੇ ਉਹ ਹਮੇਸ਼ਾ ਵਾਂਗੂ ਕਰ ਰਹੇ ਆ ਉਹਨਾਂ ਨੇ ਆਪਣਾ opinion ਸਾਫ਼ ਰੱਖੀ ਵੀ ਸਾਡੇ ਤੇ ਕਰੀ ਚੋਣਾਂ 'ਚ ਜਾਂਦੇ ਨਹੀਂ ਜਿਨ੍ਹਾਂ ਨੇ ਜਾਣਾ ਉਹ ਚਲੇ ਜਾਣ ਅਸੀਂ ਉਹਨਾਂ ਦੇ ਨਾਲ ਹੀ ਹੋਵਾਂਗੇ ਅਸੀਂ ਉਹਨਾਂ ਦੀ ਕੋਈ ਵਿਰੋਧਤਾ ਨਹੀਂ ਕਰਾਂਗੇ ਕਿਉਂਕਿ ਜਾਣੀ ਉਹਨਾਂ ਦਾ ਕਾਡਰ ਉਹਨਾਂ ਨੂੰ ਵੋਟਾਂ ਪਾਊਗਾ ਹੂੰ ਬਾਕੀ ਰਹਿ ਗਿਆ ਦੋ ਤਿਹਰਾ ਉਹਨਾਂ 'ਚੋਂ ਇੱਕ ਸੀਗਾ ਲੈਫਟ ਟੈਕ ਸੀਗੇ ਜਿਸ ਤਰ੍ਹਾਂ ਅਨਫਿਲੀਏਟਿਡ ਇੱਕ ਤਰ੍ਹਾਂ ਰਾਜੇਵਾਲ ਦੀ ਕਿਸੇ ਨਾਲ ਫਿਲੀਏਟਡ ਨਹੀਂ ਰਹੇ ਉਸ ਤਰੀਕੇ ਨਾਲ ਸਿੱਧੇ ਕਿਸੇ ਪਾਰਟੀ ਤੌਰ ਤੇ ਜਿਹੜੀਆਂ ਲੈਫਟਿਸਟ ਯੂਨੀਅਨਾਂ ਹੈਗੀਆਂ ਕਿਸਾਨਾਂ ਦੀਆਂ ਉਹ ਤੇ ਹਮੇਸ਼ਾ ਚੋਣਾਂ ਲੜਦੀਆਂ ਰਹੀਆਂ ਸਾਰੀਆਂ ਲੈਫਟ ਨਹੀਂ ਲੜਦੀਆਂ ਉਹਨਾਂ 'ਚ ਇੱਕ ਵੱਡਾ ਧੜਾ ਲੱਗਦਾ ਉਹ ਜਿਹੜਾ ਉਹਨਾਂ ਨੇ ਫੈਸਲਾ ਤੇ ਇੱਕ ਲੜਨਾ ਹੀ ਸੀਗਾ ਜਿਸ ਤਰ੍ਹਾਂ ਪਹਿਲਾਂ ਲੜਦੀਆਂ ਪਰ ਇਹ 'ਚ ਸਭ ਤੋਂ ਅਹਿਮ ਮਾਮਲਾ ਜਿਹੜਾ ਬਣ ਗਿਆ ਵੀ ਰਾਜੇਵਾਲ ਸਾਹਿਬ ਜਿਹੜੇ ਆ ਉਹ ਉਸ ਧੜੇ ਸਾਰੇ ਨੂੰ ਲੀਡ ਕਰਨ ਗਏ ਉਹਨਾਂ ਦਾ ਚਿਹਰਾ ਹੋਣਗੇ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਜੋ ਆਪਾਂ ਸਾਰੇ ਜਾਣਦੇ ਆ ਐਸਐਸਐਮ ਬਣਾ ਲਿਆ ਸੰਯੁਕਤ ਸਮਾਜ ਮੋਰਚਾ ਹਮਮ ਅਸਲੀਅਤ ਇਹ ਸੀ ਕਿ ਜਿਹੜਾ ਕਿਸਾਨ ਮੋਰਚਾ ਪਹਿਲਾਂ ਹੀ ਜਨ ਮੋਰਚਾ ਬਣ ਚੁੱਕਾ ਸੀ ਉਹ ਇਕੱਲੇ ਕਿਸਾਨ ਤੇ ਲੜਨੀ ਸੀ ਰਹੀ ਅਸੀਂ ਕਿਹੜਾ ਮੈਂ ਕਿਹੜਾ ਖੇਤੀ ਕਰਦਾ ਸਾਰੇ ਅਸੀਂ ਜਾਣਦੇ ਜਾਂਦੇ ਸੀ ਲਗਾਤਾਰ ਜਾਂਦੇ ਸੀਗੇ ਤੇ ਉਹ ਇੱਕ ਜਨ ਸਮੂਹ ਦਾ ਵੱਡਾ ਮੋਰਚਾ ਬਣਿਆ ਜਿਹੜੀ ਕਿ ਬੜੀ ਵੱਡੀ ਅਚੀਵਮੈਂਟ ਸੀ ਜਿਸ ਕਰਕੇ ਮੋਦੀ ਜੀ ਨੂੰ ਪਿੱਛੇ ਹਟਣਾ ਪਿਆ ਇਸ ਲਈ ਜਿਹੜਾ ਹੁਣ ਸੰਯੁਕਤ ਤੋਂ ਸਮਾਜ ਦਾ ਇਹਨਾਂ ਨੇ ਟਾਈਟਲ ਲਾ ਲਿਆ ਕਿ ਅਸੀਂ ਛੋਣਾ ਪਾਰਟੀ ਬਣਾ ਕੇ ਨਹੀਂ ਲੜਾਂਗੇ। ਹੂੰ ਕੋਈ ਸਿੰਗਲ ਪਾਰਟੀ ਨਹੀਂ ਐ ਇੱਕ ਪਲੈਟਫਾਰਮ ਬਣ ਜੂਗਾ ਸਾਰੀਆਂ ਯੂਨੀਅਨਾਂ ਦਾ ਜਿਸ ਨੂੰ ਸੰਯੁਕਤ ਸਮਾਜ ਮੋਰਚੇ ਦੇ ਤੌਰ ਤੇ ਕਿਹਾ ਕਿ ਇਹ ਵੀ ਇੱਕ ਜੁਆਇੰਟ ਐਫਰਟ ਆ ਔਰ ਉਹਦਾ ਜਿਹੜੀ ਲੀਡਰਸ਼ਿਪ ਆ ਉਹ ਹੈਗੀ ਆ ਬਲਬੀਰ ਸਿੰਘ ਰਾਜੇਵਾਲ ਉਹ ਪਹਿਲਾਂ ਵੀ ਉਹ ਚਿਹਰਾ ਸੀ ਜੀ ਹੂੰ ਉਹਦੇ ਲਈ ਪ੍ਰੈਸ ਕਾਨਫਰੰਸ ਵੀ ਹੋ ਗਈ ਅੱਜ ਤੋਂ 10 ਦਿਨ ਪਹਿਲਾਂ ਹੂੰ ਪ੍ਰੈਸ ਕਾਨਫਰੰਸ ਤੋਂ ਬਾਅਦ ਇਹੋ ਜਿਹਾ ਲੱਗਾ ਸਾਨੂੰ ਕਿ ਜਿਹੜੀ ਗੱਲ ਤੁਸੀਂ ਛੇੜੀ ਹੈ ਕਿ ਰਾਜੇਵਾਲ ਸਾਹਿਬ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਨਾਲ ਆਮ ਆਦਮੀ ਪਾਰਟੀ ਵੱਲ ਕੁਝ ਗੱਲਬਾਤ ਚੱਲ ਰਹੀ ਹੈ ਮੀਡੀਆ 'ਚ ਬਹੁਤ ਗਿਆ ਸਾਨੂੰ ਇਸ ਗੱਲ ਦੀ ਥੋੜੀ ਸੱਚੀ ਗੱਲ ਇਹ ਚਿੰਤਾ ਵੀ ਹੋਈ ਕਿਉਂਕਿ ਲੋਕਾਂ ਨੇ ਜਿਹੜਾ ਰਾਜਵਾਲ ਸਾਹਿਬ ਜਾਂ ਹੋਰ ਵੀ ਸੰਯੁਕਤ ਸਮਾਜ ਮੋਰਚੇ ਦੇ ਜਿੰਨੇ ਵੀ ਪ੍ਰੈਸ ਕਾਨਫਰੰਸ ਚ ਬੈਠੇ ਸੀ ਜਿਹੜੇ ਜਿਨ੍ਹਾਂ ਨੇ ਚੋਣਾਂ ਲੜਨ ਦਾ ਇਹ ਐਲਾਨ ਕੀਤਾ ਕਿ ਅਸੀਂ ਸਾਰੀਆਂ ਦੀਆਂ ਸਾਰੀਆਂ 117 ਸੀਟਾਂ ਦੇ ਉੱਤੇ ਚੋਣ ਲੜਾਂਗੇ ਲੋਕਾਂ ਨੂੰ ਖੁਸ਼ੀ ਵੀ ਹੋਈ ਕਿ ਇਹ ਇਹਨਾਂ ਦਾ ਆਪਣਾ ਪਲੇਟਫਾਰਮ ਆ ਇਹ ਜਨ ਦਾ ਪਲੇਟਫਾਰਮ ਆ ਆਮ ਲੋਕਾਂ ਦਾ ਜਜਾਰੂ ਦਾ ਲੜਾਕੂ ਲੋਕਾਂ ਦਾ ਇਮਾਨਦਾਰ ਲੋਕਾਂ ਦਾ ਪਲੇਟਫਾਰਮ ਪੰਜਾਬ ਨੂੰ ਮਿਲ ਗਿਆ ਜੀ ਪਰ ਜੇ ਅਸੀਂ ਰਵਾਇਤੀ ਪਾਰਟੀਆਂ ਨਾਲ ਰਲਣ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਉਹ ਹੀ ਫਿਰ ਪ੍ਰੋਬਲਮ ਆਊਗੀ ਹੂੰ ਹੂੰ ਉਹਦੇ ਚੋਂ ਗੁਰਲਾਲ ਜੀ ਮੈਨੂੰ ਜੋ ਸਮਝ ਪੈਂਦੀ ਜਿਹੜੀ ਮੈਂ ਗੱਲ ਕਰਨੀ ਚਾਹੁੰਨਾ ਹੈ ਜਿਹੜੀ ਤੁਸੀਂ ਕਹਿੰਦੇ ਕਿ ਕਿੱਦਾਂ ਹੋਊਗਾ ਦੋ ਸਵਾਲ ਰਹਿੰਦੇ ਮੇਰੇ ਇੱਕ ਤੇ ਪਲਬੀਰ ਸਿੰਘ ਰਾਜੇਵਾਲ ਉਹਨਾਂ ਦਾ ਦੁਬਿਦਾ ਕੀ ਹੈਗੀ ਹੈ ਉਹ ਚਾਹੁੰਦੇ ਆ ਕਿ ਮੇਰਾ ਰਤਬਾ ਤਾਂ ਜਨ ਅੰਦੋਲਨ ਵਾਲਿਆਂ ਵਾਂਗ ਰਹੇ ਹੀ ਰਹੇ ਹੂੰ ਹੂੰ ਕੁਦਰਤੀ ਆ ਉਹਨਾਂ ਨੇ ਕਮਾਈ ਹੋਈ ਆ ਜਿਹੜਾ ਰਤਬਾ ਇਮੇਜ ਸਾਡੇ ਸਾਰਿਆਂ ਚ ਅਸੀਂ ਕਹਿੰਨੇ ਆ ਬੜੇ ਸਤਿਕਾਰਯੋਗ ਆ ਹੈਗੇ ਵੀ ਆ ਹੂੰ ਹੂੰ ਕੋਈ ਔਰ ਉਹਨਾਂ ਦੀ ਕਾਬਲੀਅਤ ਵੀ ਹੈ ਹੂੰ ਹੂੰ ਪਰ ਨਾਲ ਹੀ ਉਹ ਇਹਨਾਂ ਨੂੰ ਇਹ ਵੀ ਲੱਗਦਾ ਆ ਕਿ ਆਪਾਂ ਜਿਹੜਾ ਸੱਤਾ ਦੇ ਵਿੱਚ ਜ਼ਰੂਰ ਆਈਏ ਹੂੰ ਤੇ ਉਹਨਾਂ ਨੂੰ ਇਹ ਲੱਗਦਾ ਚ ਸੱਤਾ ਚ ਜ਼ਰੂਰ ਆਉਣਾ ਤੇ ਆਪ ਖੜੇ ਹੋਣ ਦਾ ਆਤਮ ਵਿਸ਼ਵਾਸ ਜਾਂ ਆਤਮ ਬਲ ਦੇ ਵਿੱਚ ਨਾ ਭਰੋਸਾ ਕਰਕੇ ਐਸਐਸਐਮ ਚ ਨਾ ਭਰੋਸਾ ਕਰਕੇ ਉਹਨਾਂ ਨੂੰ ਲੱਗਾ ਕਿ ਕਿਸੇ ਪਾਰਟੀ ਦੇ ਨਾਲ ਆਪਣੀ ਬੋਗੀ ਲਾ ਲਈਏ ਚੱਲਦੀ ਚੱਲਦੀ ਲੀ ਤੇ ਚੱਲੀਏ ਉਸੇ ਇੰਜਣ ਉਹੀ ਇੰਜਣ ਇਹਨਾਂ ਨੂੰ ਫੱਕ ਫੱਕ ਕਰਦਾ ਕਿਧਰ ਕਿਧੇ ਕਿਸੇ ਮੰਜ਼ਲ ਤੇ ਲੈ ਜਾਊਗਾ ਹੂੰ ਹੂੰ ਉਹ ਦੁੱਬਦਾ ਇਹਨਾਂ ਨੂੰ ਨਹੀਂ ਸੀ ਚਾਹੀਦਾ ਜੇ ਬਾਟੀਆਂ ਜਾਣਾ ਸੀ ਤੇ ਚਲੇ ਜਾਣਾ ਚਾਹੀਦਾ ਸੀਗਾ ਢੱਲੇ ਦੇ ਨਾਲ ਇਹ ਇਧਰ ਨਹੀਂ ਸੀ ਜਾਣਾ ਚਾਹੀਦਾ ਜੇ ਇਧਰ ਰਹਿਣਾ ਤੇ ਫਿਰ ਇਧਰ ਹੀ ਰਹਿਣਾ ਚਾਹੀਦਾ ਸੀ ਉਹ ਉਹਨਾਂ ਨੂੰ ਥੋੜਾ ਜਿਹਾ ਮੈਨੂੰ ਲੱਗਦਾ ਉਸ ਦੁਬਿਧਾ ਦੇ ਵਿੱਚ ਕਾਫੀ ਆਪ ਵੀ ਕਨਫਿਊਜ਼ ਹੋਏ ਹੋਣਗੇ ਅਸੀਂ ਤੇ ਬਹੁਤ ਕਨਫਿਊਜ਼ ਹੋਏ ਹਾਂ ਮੈਨੂੰ ਲੱਗਦਾ ਉਹਨਾਂ ਦਾ ਕੋਈ ਮੈਸੇਜ ਆਏ ਤਾਂ ਐਸ ਮੈਟਰ ਆਫ ਫੈਕਟ ਸ਼ਾਇਦ ਇੱਕ ਦੋ ਅਗਲੇ ਹਫ਼ਤੇ ਤੱਕ ਜੁੜਨ ਵੀ ਪਰ ਉੱਤੇ ਉਹਨਾਂ ਦਾ ਸਟੈਂਡ ਸ਼ਾਇਦ ਕੁਝ ਹੋਰ ਹੋਵੇ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਕੁਝ ਘੰਟਿਆਂ ਜਾਂ ਕੁਝ ਦਿਨਾਂ ਦੇ ਵਿੱਚ ਉਹ ਦੁਬਿਧਾ ਚੋਂ ਬਾਹਰ ਆ ਜਾਣਗੇ ਮੈਨੂੰ ਲੱਗਦਾ ਬੜੀ ਚਰਚਾ ਸੀਗੀ ਗੁਰਲਾਲ ਜੀ ਕੱਲ ਪਠਾਨੀ ਹੋ ਜੇ ਖਬਰਾਂ ਦਾ ਦੇਖ ਲੈਨੇ ਕੀ ਹੁੰਦਾ ਕੀ ਨਹੀਂ ਹੁੰਦਾ ਚਰਚਾ ਇਹ ਸੀਗੀ ਕਿ ਉਹਨਾਂ ਨੇ ਭਗਵੰਤ ਮਾਨ ਨੂੰ ਆਪਣਾ ਚੀ ਮਿਨਿਸਟਰ ਦਾ ਚਿਹਰਾ ਉਹਨਾਂ ਦੀ ਪੋਲੀਟਿਕਲ ਜਿਹੜੀ ਕਮੇਟੀ ਹੈ ਡਿਕਲੇਅਰ ਕਰਤਾ ਕੇਜਰੀਵਾਲ ਜੀ ਇੱਥੇ ਆਏ ਸੀ ਉਹ ਆਪਣਾ ਰੋਡ ਸ਼ੋਅ ਕਰਦੇ ਕਰਦੇ ਕਰੋਨਾ ਸੰਕ ਉਹਨਾਂ ਨੂੰ ਹੋ ਗਿਆ ਉਹ ਤੇ ਚਲੇ ਗਏ ਆਈਸੋਲੇਸ਼ਨ 'ਚ ਤੇ ਹੋ ਸਕਦਾ ਉਹਨਾਂ ਨੇ ਜਾਣ ਤੋਂ ਪਹਿਲਾਂ ਇਹੋ ਜਿਹਾ ਕੋਈ ਫੈਸਲਾ ਵਗੈਰਾ ਕਰਤਾ ਹੋਵੇ ਤੇ ਇਸ ਗੱਲ ਦੀ ਇੱਕ ਬੜੀ ਕੱਲ ਚਰਚਾ ਗਰਮ ਰਹੀ ਹੈ ਜੇ ਉਹ ਫੈਸਲਾ ਹੋ ਗਿਆ ਤੇ ਫਿਰ ਕੁਦਰਤੀ ਹੈ ਕਿ ਇਹ ਉਥੇ ਤੇ ਨਹੀਂ ਆਪਣੇ ਆਪ ਨੂੰ ਨਾਲ ਜੋੜ ਪਾਉਣਗੇ ਜਾਂ ਜੋੜਨਾ ਨਹੀਂ ਚਾਹੀਦਾ ਸਾਡੀ ਵਿੱਚ ਹੋ ਸਕਦੀ ਹੈ ਇਸ ਗੱਲ ਦੀ ਜ਼ਿਆਦਾ ਸੰਭਾਵਨਾ ਬਣਦੀ ਵੈਸੇ ਵੀ ਉਹਨਾਂ ਨੇ 101 ਸੀਟਾਂ ਐਲਾਨ ਕਰ ਦਿੱਤੀਆਂ 117 ਚੋਂ ਤੇ 16 ਚਾਹ ਦੀ ਪਾਰਟੀ ਨੇ ਕੀਤੀ ਹੈ ਨਾ ਪ੍ਰੋਫੈਸਰ ਸਾਹਿਬ ਬਿਲਕੁਲ ਬਿਲਕੁਲ ਪਰ ਤੁਸੀਂ ਹੁਣੇ ਗੱਲ ਕੀਤੀ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਦਾ ਚਿਹਰਾ ਜਿਹੜਾ ਐਲਾਨ ਕਰ ਦਿੱਤਾ ਇਹ ਕਿਹਨੇ ਕੀਤਾ ਲੋਕਾਂ ਛੱਲੇ ਵੀ ਦੁਵਿਧਾ ਇੱਥੇ ਆ ਨਹੀਂ ਕਰਨ ਕਰਨਗੇ ਆ ਆਮ ਆਦਮੀ ਪਾਰਟੀ ਤੋਂ ਬਗੈਰ ਕਿਵੇਂ ਹੋ ਸਕਦਾ ਉਹਨਾਂ ਦਾ ਉਹ ਐਮਪੀ ਹੈ ਰਾਈਟ ਰਾਈਟ ਇੱਕ ਆਇਆ ਸੀਗਾ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਇਹ ਕਹਿਣਗੇ ਕਿ ਇਸ ਬੰਦੇ ਨੂੰ ਜਾਂ ਰਾਜਵਾਲ ਸਾਹਿਬ ਨੂੰ ਜਾਂ ਭਗਵੰਤ ਮਾਨ ਨੂੰ ਸੀਐਮ ਦਾ ਚਿਹਰਾ ਐਲਾਨੋ ਤਾਂ ਫਿਰ ਅਸੀਂ ਇਕੱਠੇ ਹੋ ਕੇ ਜੁੜਾਂਗੇ ਪਰ ਉੱਥੇ ਦੁਵਿਧਾ ਇਹ ਆਊਗੀ ਕਿ 101 ਉਮੀਦਵਾਰ ਤਾਂ ਆਲਰੇਡੀ ਮੈਦਾਨ ਚ ਉਤਰ ਚੁੱਕੇ ਰਹਿ ਗਏ 16 ਉੱਥੇ ਫਿਰ ਥੋੜੀ ਦੁਵਿਧਾ ਆਉ ਉਹ ਇਹੀ ਜੀ ਵੀ ਗੱਲ ਆਈ ਆ ਕਿ ਅਸੀਂ ਤੇ ਕਿਹਾ ਸੀ ਘੱਟੋ ਘੱਟ 60 ਸੀਟਾਂ ਹੋਣੀਆਂ ਚਾਹੀਦੀਆਂ ਜੀ 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 ਇੱਕ ਦੂਜੇ ਦੇ ਪ੍ਰਤੀਯੋਧ ਅਸਸ ਐਸਐਮ ਘੱਟੋ ਘੱਟ 60 ਸੀਟਾਂ ਹੋਣੀਆਂ ਤਾਂ ਇਹ ਕਿਸਾਨ ਸਾਰੇ ਉਸ ਕਿਸਮ ਦੇ ਇੱਕ ਵੱਡਾ ਮੋਰਚਾ ਬਣਾ ਕੇ ਚੱਲ ਸਕਦੇ ਆ ਤਾਂ ਹੀ ਆਪਣੀਆਂ ਚੀਜ਼ਾਂ ਨੂੰ ਵੀ ਪਾਲਿਸੀ ਨੂੰ ਵੀ ਡਿਕਟੇਟ ਕਰ ਸਕਦੇ ਆ ਡਿਕਟੇਟ ਕਰ ਸਕਦੇ ਰਾਈਟ ਰਾਈਟ ਡਿਕਟੇਟ ਕਰ ਸਕਦੇ ਯਾਨੀ ਉਹ ਮੈਜੋਰਿਟੀ ਸੀਟਾਂ ਚਾਹੁੰਦੇ ਸੀ ਕਿ ਇਹ ਸਾਡੀ ਸਰਕਾਰ ਤਾਂ ਹੋਊਗੀ ਉਹ ਤੇ ਹੁਣ ਹੋ ਹੀ ਨਹੀਂ ਸਕਦਾ ਉਸ ਕਰਕੇ ਉਹ ਤੇ ਉਹਨਾਂ ਨੇ ਪਹਿਲਾਂ ਹੀ ਖਾਲੀ ਨਾਲ ਆਪਣੀਆਂ 101 ਸੀਟਾਂ ਅਨਾਉਂਸ ਕਰ ਦਿੱਤੀਆਂ ਉਹ ਚੈਪਟਰ ਦੇਖੋ ਇਹ ਇੱਥੇ ਆਪਾਂ ਥੋੜਾ ਜਿਹਾ ਮੈਨੂੰ ਲੱਗਦਾ ਹੈ ਕਿ ਕੰਫਿਊਜ਼ਨ ਨਹੀਂ ਸੀ ਚਾਹੀਦਾ ਇਹ ਪਹਿਲਾਂ ਹੀ ਥ੍ਰੈਸ਼ ਆਊਟ ਕਰ ਲੈਣਾ ਚਾਹੀਦਾ ਸੀਗਾ ਹੁਣ ਵੀ ਕੋਈ ਐਹੋ ਜੀ ਗੱਲ ਨਹੀਂ ਲੋਕ ਸਾਡੀਆਂ ਫੌਜਾਂ ਜਿਹੜੀਆਂ ਕਿਸਾਨ ਆ ਵੋਟਾਂ ਵਾਲੇ ਉਹ ਕੋਈ ਉਹਨਾਂ ਦੀ ਮੜ ਜਾ ਇਸ਼ਾਰੇ ਤੇ ਉਹ ਤਿਆਰ ਹੀ ਬੈਠੇ ਕਿਉਂਕਿ ਉਹਨਾਂ ਨੂੰ ਤਿਆਰ ਹੋਣ ਲਈ ਸਵਾ ਸਾਲ ਲੱਗਿਆ ਹੂੰ ਉਹ ਤੇ ਪਹਿਲੇ ਸੁਣ ਸੁਣ ਕੇ ਭਾਸ਼ਣ ਦੇ ਕੇ ਤਤ ਪਾ ਰਿਆ ਇਹਨਾਂ ਵੱਲੋਂ ਲੀਡਰਸ਼ਿਪ ਵੱਲੋਂ ਇੱਕ ਮੁਟਤਾ ਇੱਕ ਜੁੜਤਾ ਇੱਕ ਅੱਦੇ ਇੱਕ ਦੋ ਦਿਨਾਂ ਚ ਦਿਖਾਤੀ ਜਾਏ ਤਾਂ ਉਹ ਪੂਰੀ ਸਪੀਡ ਨਾਲ ਸਾਰੀ ਗੱਲ ਚੱਲ ਸਕਦੀ ਹੈ ਇਹ ਇੱਕ ਅੱਦੇ ਦਿਨ ਦਾ ਹੀ ਸਾਰਾ ਹੈ ਸਾਨੂੰ ਲੱਗਦਾ ਕਿ ਇੱਕ ਦੋ ਦਿਨਾਂ ਦੇ ਵਿੱਚ ਕਾਫੀ ਕਨਫਿਊਜ਼ਨ ਦੂਰ ਜਿਹੜਾ ਪਿਆ ਉਹ ਜਾਊਗਾ ਰਹੀ ਗੱਲ ਕਿ ਦੁਬਾਰਾ ਇਕੱਠੇ ਹੋਣਗੇ ਉਹ ਤੇ ਉਹਦੇ ਸਾਰਿਆਂ ਨੂੰ ਪਤਾ ਕਿ ਉਹ ਇਕੱਠੇ ਹੀ ਆਉ ਉਹਨਾਂ ਦੀ ਮਜਬੂਰੀ ਵੀ ਹੈਗੀ ਆ ਉਹ ਵੱਡੇ ਮੋਰਚੇ ਚੋਂ ਐਸਕੇਐਮ ਚੋਂ ਕੋਈ ਬਾਹਰ ਜਾਣ ਵਾਲਾ ਨਹੀਂ ਗੁਰਲਾਲ ਜੀ ਕਾਰਨ ਉਹਦਾ ਬੜਾ ਸਾਫ ਹੈ ਕਿ ਉਹ ਵੀ ਜਨ ਅੰਦੋਲਨ ਦੇ ਦਬਾਅ ਥੱਲੇ ਜਿਹੜਾ ਵੀ ਬਾਹਰ ਜਾਊਗਾ ਉਹ ਖਤਮ ਹੋ ਜਾਊਗਾ ਖਤਮ ਹੋ ਜਾਊਗਾ ਰਾਈਟ ਹਾਂ ਹਾਂ ਉਹ ਪਿੱਛੇ ਜਿਹੜਾ ਸਟਰਗਲ ਹੈ ਉਹਦੇ ਚ ਸ਼ਾਮਿਲ ਰਹਿਣ ਖਬਰਾਂ ਬਿਆਨਬਾਜ਼ ਬਿਆਨ ਜਿਹੜੇ ਆ ਉਹ ਸਾਹਮਣੇ ਆਏ ਸੀ ਵਿਕਿੰਦਰ ਯਾਦਵ ਦਾ ਵੀ ਆਇਆ ਸੀ ਵੀ ਉਹ ਨਹੀਂ ਚਾਹੁੰਦੇ ਸੀ ਪੰਜਾਬ ਦੀਆਂ ਜਥੇਬੰਦੀਆਂ ਕੋਈ ਇਲੈਕਸ਼ਨ ਚ ਭਾਗ ਲੈਣ ਪਰ ਅਗੇਨ ਸਟੇਟ ਟੂ ਸਟੇਟ ਟਫਰਕ ਪੈਂਦਾ ਆ ਕਿਤੇ ਸਿਚੁਏਸ਼ਨਸ ਹੋਰ ਹੁੰਦੀਆਂ ਕਿਤੇ ਹੋਰ ਹੁੰਨੀਆਂ ਪ੍ਰੋਫੈਸਰ ਸਾਹਿਬ ਇਦੋਂ ਬਾਅਦ ਆਪਾਂ ਅਗਲੇ ਪੜਾਅ ਚੱਲਦੇ ਆਪਾਂ ਰੁਕਦੇ ਇੱਕ ਛੋਟੀ ਜੀ ਬ੍ਰੇਕ ਲਈ ਦਸ਼ਕੋ ਸਾਡੇ ਨਾਲ ਬਣੇ ਹੋਏ ਨੇ ਮਾਨਯੋਗ ਪ੍ਰੋਫੈਸਰ ਮਨਜੀਤ ਸਿੰਘ ਜੀ ਬੜੀ ਕਲੈਰਟੀ ਨਾਲ ਕਈ ਚੀਜ਼ਾਂ ਕਲੀਅਰ ਕਰ ਰਹੇ ਨੇ ਤੇ ਆਪਾਂ ਰੁਕਣਾ ਪੈ ਰਿਹਾ ਇੱਕ ਛੋਟੀ ਜੀ ਬ੍ਰੇਕ ਲਈ ਇਦਾਂ ਬਣੇ ਰਹੋ ਜਸ ਪੰਜਾਬੀ ਦੇ ਸਵਾਗਤ ਜੀ ਤੁਹਾਡਾ ਸਾਰਿਆਂ ਦਾ ਫੇਰ ਪ੍ਰੋਗਰਾਮ ਓਪਨ ਪਲੈਟਫਾਰਮ ਜਸ ਪੰਜਾਬੀ ਦੇ ਮੰਚ ਤੋਂ ਆਪਣੇ ਨਾਲ ਬਣੇ ਹੋਏ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ ਬਹੁਤ ਸੋਹਣਾ ਉਹਨਾਂ ਨੇ ਕਈ ਗੱਲਾਂ ਕਲੀਅਰ ਕੀਤੀਆਂ ਪ੍ਰੋਫੈਸਰ ਸਾਹਿਬ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਆ ਆਪਾਂ ਗੱਲ ਕਰ ਲਈਏ ਇੱਥੇ ਦੋ ਚੀਜ਼ਾਂ ਆ ਤੁਸੀਂ ਉੱਥੇ ਵਿਚਰਦੇ ਹੋ ਬਹੁਤ ਲੋਕਾਂ ਦੇ ਵਿੱਚ ਸਰਤਪੱਤਮੇ ਤੁਹਾਨੂੰ ਪੁੱਛੂਗਾ ਕਿ ਇੱਕ ਜਿਹੜੀ ਲੇਡੀਜ਼ ਦੇ ਵਿੱਚ ਹੁੰਦਾ ਕਿ ਮੈਨੂੰ ਸਨਮਾਨ ਵਲੇ ਘਰ ਦੇ ਵਿੱਚ ਮੈਨੂੰ ਸਨਮਾਨ ਵਲੇ ਸਮਾਜ ਦੇ ਵਿੱਚ ਉੱਥੇ ਆਪਾਂ ਇਹ ਕਹਿ ਰਹੇ ਆ ਕਿ ਅਸੀਂ 18 ਸਾਲ ਤੋਂ ਉੱਪਰ ਦੀ ਬੱਚੀ ਨੂੰ 1000 ਦੇਵਾਂਗੇ ਜਾਂ ਕੋਈ ਪਾਰਟੀ ਕਹਿ ਰਹੀ 2000 ਦੇਵਾਂਗੇ ਕੁਝ ਗਰੁੱਪਸ ਇਦਾਂ ਦੇ ਹੁੰਦੇ ਆ ਕੁਝ ਫੈਮਿਲੀਸ ਇਦਾਂ ਦੀਆਂ ਹੁੰਦੀਆਂ ਜਾਂ ਕੁਝ ਸੰਪਰਦਾਵਾਂ ਇਦਾਂ ਦੀਆਂ ਹੁੰਦੀਆਂ ਕਿ ਨਹੀਂ ਲੇਡੀਜ਼ ਨੂੰ ਸਿਰਫ ਤੇ ਸਿਰਫ ਸਮਾਨ ਚਾਹੀਦਾ ਉਹਨਾਂ ਨੂੰ ਆਪਾਂ ਆਪਾਂ ਵੀ ਹੁਣੇ ਗੱਲ ਕੀਤੀ ਸੀ ਕਿ ਆਪਾਂ ਉਹਨਾਂ ਨੂੰ ਕਹਿੰਨੇ ਆ ਕਿ ਉਹਨਾਂ ਨੂੰ ਪੜਾਇਆ ਜਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਪਦੇ ਪੈਰਾਂ ਤੇ ਖੜੇ ਹੋਣ ਦਾ ਮੌਕਾ ਦਿੱਤਾ ਜਾ ਸਕੇ ਨੰਬਰ 1 ਪਰ ਜੇ ਆਪਾਂ ਆਰਥਿਕ ਮੰਦਵਾੜੇ ਵੱਲ ਚਲੀ ਜੇ ਆਰਥਿਕ ਪੱਖੋਂ ਦੇਖੀਏ ਕਿੰਨੀ ਪਰਸੈਂਟੇਜ ਲੋਕ ਹੈ ਕਿ ਜਿਹੜੀ ਲੇਡੀਜ਼ ਹੈ ਉਹਨਾਂ ਨੂੰ ਆਪਦੀ ਜ਼ਰੂਰਤਾਂ ਲਈ ਆ ਘਰੇ ਖਰਚਣ ਲਈ ਉਹਦੀ ਜੇਬ 'ਚ ਕੁਝ ਨਹੀਂ ਹੁੰਦਾ ਔਰ ਉਹ ਚਾਹੁੰਦੇ ਆ ਕਿ ਕਿਤੇ ਨਾ ਕਿਤੇ ਮੈਂ ਇੰਡੀਪੈਂਡੈਂਟ ਹੋਵਾਂ ਕਟੋ-ਕਟ 1000 ਰੁਪਏ ਮੇਰੇ ਕੋਲ ਆਊਗਾ ਤਾਂ ਕਿਸੇ ਦੀ ਕਿਸੇ ਦੀ ਕੋਈ ਹੈਲਪੀਆਂ ਮੈਂ ਮੇਰੇ ਲਈ ਕੋਈ ਚੀਜ਼ਾਂ ਲਿਆ ਕੇ ਵਰਤ ਸਕਦੀਆਂ ਜਾਂ ਕੋਈ ਸਮਾ ਪਰਿਵਾਰ ਦੇ ਵਿੱਚ ਜਿੱਥੇ ਲੇਡੀਜ਼ ਚਾਹੁੰਦੀ ਹੁੰਦੀ ਹੈ ਕਿ ਮੈਂ 100 ਰੁਪਏ ਜਾਂ 50 ਰੁਪਏ ਕਿਸੇ ਨਾਨੀ ਦੋਤੀ ਦੋਤੀ ਪੋਤੇ ਤੇ ਰੱਖਾ ਹੱਥ ਉਹ ਜਿਹੜਾ ਵਰਗ ਆ ਉਹ ਚਾਹੁੰਦਾ ਹੈ ਕਿ ਹਾਂ ਸਾਨੂੰ ਲੱਗੇ 1000 ਰੁਪਏ ਵੀ 2000 ਹੁਣ ਡਿਫਰੈਂਸ ਆ ਗਿਆ ਆ ਦੋ ਚੀਜ਼ਾਂ ਦੇ ਵਿੱਚ ਤੇ ਤੁਹਾਨੂੰ ਕੀ ਲੱਗਦਾ ਵੋਟ ਬੈਂਕ ਨੂੰ ਇਹ ਆ ਜਿਹੜੀ ਦੋ ਚੀਜ਼ਾਂ ਆ ਇਹ ਕਿੱਥੇ ਤੱਕ ਪ੍ਰਭਾਵ ਕਰੂਗਾ ਜੀ ਗੁਰਲਾਲ ਜੀ ਇਹੋ ਜੀ ਗੱਲ ਆ ਕਿਸੇ ਨੇ ਪੁੱਛਿਆ ਬੰਦੇ ਤਕੜੇ ਜਏ ਨੇ ਕੋਈ ਬੰਦਿਆ ਮੈਨੂੰ ਦੱਸ ਕੇ ਰੱਬ ਨੇੜੇ ਆ ਕਿ ਕਿਸੋਨਾ ਬਸ ਉਹ ਲੱਗਾ ਪਹਿਲਾਂ ਲੱਗਾ ਕਹਿਣ ਸੀਗਾ ਰੱਬ ਤੇ ਫਿਰ ਉਹਨੂੰ ਲੱਗਾ ਵੀ ਇਹ ਤੇ ਕਿਸੋਨ ਬੱਟੀ ਬੈਠਾ ਆ ਇਹਨੇ ਤੇ ਮੇਰੇ ਜਾੜ ਤੇ ਮਾਰ ਦੇਣਾ ਉਹ ਕਹਿੰਦਾ ਕਿਸੋਨ ਕਿਸੋਨ ਇਸ ਲਈ ਇਸ ਲਈ ਜਿਹੜਾ ਭੁੱਖਾ ਮਰ ਰਿਹਾ ਹੈ ਗਰਦਾਰ ਦੀ ਅੱਜ ਉਹਨੂੰ ਤੇ 1000 ਕੀ ਹੈ 10 ਰੁਪਏ ਵੀ ਕਹੋਗੇ ਤੇ ਹਰ ਦੇਦੇ ਤੇ ਬੜੀ ਰਾਹਤ ਹੈ ਜੀ 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 ਲੋਕਾਂ ਦੀ ਜਿਹੜੀ ਭੀਖ ਮੰਗਾ ਮਾਨਸਿਕਤਾ ਨੂੰ ਉਤਸ਼ਾਹਤ ਕਰਨਾ ਉਹਨਾਂ ਦੀ ਗੁਰਬਤ ਦੇ ਉੱਤੇ ਰਾਜਨੀਤੀ ਕਰਨੀ ਉਹਨਾਂ ਦੇ ਪਛੜੇਪਨ ਤੇ ਹਰ ਕਿਸਮ ਦੀ ਨਿਆਸਰੇਪਣ ਦੇ ਉੱਤੇ ਤੁਸੀਂ ਉਹਨਾਂ ਨੂੰ ਥੋੜਾ ਜਿਹਾ ਚੋਗਾ ਪਾ ਕੇ ਇਹ ਕਹਿਣਾ ਕਿ ਮੇਰੇ ਵੱਲ ਆਓ ਮੇਰੇ ਗੁਣ ਗਾਣ ਮੈਨੂੰ ਵੋਟ ਪਾਓ ਹੂੰ ਇਹ ਉਹਨਾਂ ਦੀ ਤੋਹੀਨ ਕਰਨ ਵਾਲੀ ਗੱਲ ਆ ਇਹ ਇੱਕ ਆਪਾਂ ਸਾਰਿਆਂ ਨੂੰ ਗੱਲ ਸਮਝ ਪੈਂਦੀ ਆ ਹੂੰ ਕਿ ਚਾਹੀਦਾ ਤੇ ਇਹੀ ਹੈ ਕਿ ਸਰਕਾਰਾਂ ਦਾ ਕੰਮ ਇਹ ਨਹੀਂ ਕਿ ਲੋਕਾਂ ਨੂੰ ਨਿਰਬਲ ਕਰਕੇ ਤੇ ਆਪਣੇ ਤੇ ਨਿਰਭਰ ਕਰਕੇ ਹੂੰ ਤੁਸੀਂ ਫਿਰ ਉਹਨਾਂ ਨੂੰ ਨਚਾਉਂਦੇ ਫਿਰੋ ਜਿਵੇਂ ਮਦਾਰੀ ਬਾਂਦਰੀ ਨੂੰ ਨਚਾਉਂਦਾ ਹੂੰ ਹੂੰ ਤੁਸੀਂ ਉਹਨਾਂ ਨੂੰ ਇੱਕ ਸੋਹਣਾ ਜੀਵਨ ਦੇਣ ਲਈ ਉਹਨਾਂ ਨੂੰ ਹਰ ਕਿਸਮ ਤੋਂ ਬૌਧਿਕ ਤੌਰ ਤੇ ਸਰੀਰਕ ਤੌਰ ਤੇ ਸਭਿਆਚਾਰਕ ਤੌਰ ਤੇ ਸਸ਼ਕਤ ਕਰੋ ਜੀ ਇਹ ਆਈਡੀਅਲ ਕੋਰਸ ਜਿਹੜਾ ਹੋਣਾ ਚਾਹੀਦਾ ਪਰ ਇਸ ਕੋਰਸ ਤੇ ਜਾਣ ਤੋਂ ਪਹਿਲੇ ਹੀ ਨੂੰ ਉਹਨਾਂ ਨੂੰ ਦਬੂਚ ਲੈਂਦੇ ਆ ਉਹਨਾਂ ਨੂੰ ਉਸ ਆਪਣੀ ਜੰਜਾਲ ਚੋਂ ਨਿਰਭਰਤਾ ਤੋਂ ਉੱਠਣ ਹੀ ਨਹੀਂ ਦਿੱਤਾ ਜਾਂਦਾ ਲਗਾਤਾਰ ਹੂੰ ਉਹ ਕਿਹੜੀ ਪਾਰਟੀ ਹੋਵੇ ਉਹ ਕਿਹੜੀ ਸਰਕਾਰ ਹੋਵੇ ਉਹ ਕਿਹੜੀ ਰਾਜਨੀਤੀ ਹੋਵੇ ਜਿਹਦੀ ਅਸੀਂ ਇੰਤਜ਼ਾਰ ਕਰ ਰਹੇ ਹਾਂ ਕਿ ਉਸ ਵਿਸ਼ੇਸ ਸਰਕਲ ਤੋਂ ਕੱਢਿਆ ਜਾਵੇ ਹੂੰ ਹੂੰ ਤਾਂ ਕਿ ਉਹ ਕਦੀ ਵੀ ਕਿਸੇ ਕੋਲ ਛੋਟੀਆਂ-ਛੋਟੀਆਂ ਇਹੋ ਜਿਹੇ ਚੋਗੇ ਪਾਏ ਜਾਂਦੇ ਆ ਜਿਹੜੇ ਉਹਨਾਂ ਦੇ ਵੇਖਣ ਲਈ ਜਾਂ ਪਰਮਤ ਹੋਣ ਤੋਂ ਆਤਰ ਨਾ ਹੋ ਇਹ ਆ ساری ਗੱਲ ਮੇਰਾ ਖਿਆਲ ਹੈ ਕਿ ਇਹ ਗੱਲਾਂ ਦੋਵੇਂ ਠੀਕ ਆ ਪਰ ਨਾਲ ਹੀ ਜੇ ਕੋਈ ਅੱਜ ਵੋਟਾਂ ਲੈ ਗਿਆ ਉਹਨਾਂ ਨੂੰ ਹੋਰ ਨਿਰਪਲ ਕਰਕੇ ਅਗਲੀ ਵਾਰੀ ਹੋਰ ਥੋੜੇ ਪੈਸਿਆਂ ਨਾਲ ਵੋਟਾਂ 500 ਰੁਪਏ ਤੇ ਲੈ ਗਿਆ ਜਾਂ 100 ਰੁਪਏ ਮਹੀਨੇ ਦੇ ਨਾਲ ਲੈ ਗਿਆ ਫਿਰ ਕੀ ਬਣੂਗਾ ਇਸ ਪਾਸੇ ਨੂੰ ਗੱਲ ਨੂੰ ਇਹ ਸਾਰੀ ਆਦਤਾਂ ਨੂੰ ਰੋਕਣਾ ਜਿਹਦਾ ਮੇਰਾ ਖਿਆਲ ਹੈ ਕਿ ਇਹ ਨਾ ਇੰਡੀਵਿਜੂਅਲ ਪਾਰਟੀਆਂ ਤੇ ਛੱਡਣਾ ਨਹੀਂ ਚਾਹੀਦਾ ਗੁਰਲਾਲ ਜੀ ਅਸਲ ਵਿੱਚ ਜਦੋਂ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਸਾਹਮਣੇ ਹੋ ਕੀ ਰਿਹਾ ਕੀ ਬਦਮਾਸ਼ੀ ਹੋ ਰਹੀ ਹੈ ਕੀ ਜਿਹੜਾ ਮਕਾਰਪੁਣਾ ਪਾਰਟੀਆਂ ਦਾ ਸਾਡੇ ਸਾਰਿਆਂ ਸਾਹਮਣੇ ਚੱਲ ਰਿਹਾ ਇਲੈਕਸ਼ਨ ਕਮਿਸ਼ਨ ਇੱਥੇ ਕੀ ਕਰਦਾ ਦੇਸ਼ ਦੀ ਡੈਮੋਕ੍ਰੇਸੀ ਕੀ ਕਰਦੀ ਜੇ ਉਹਨਾਂ ਨੂੰ ਇਹਨੂੰ ਰੋਕਣਾ ਚਾਹੀਦਾ ਇਹਨਾਂ ਸਾਰਿਆਂ ਨੂੰ ਕੋਈ ਇਹ ਬਦਮਾਸ਼ੀ ਨਹੀਂ ਚੱਲੂਗੀ ਤੁਹਾਡੀ ਇਹ ਤੁਸੀਂ ਲੋਕਾਂ ਦਾ ਬੇਵਕੂਫ ਬਣਾਉਣ ਚੱਲੇ ਆ ਉਹ ਕਿਉਂ ਨਹੀਂ ਇਸ ਗੱਲ ਦਾ ਕੋਈ ਸਰਕੂਲਰ ਕੱਢਦੇ ਕਿਉਂ ਨਹੀਂ ਆਪਣੀ ਮੀਟਿੰਗ ਇਹ ਤੇ ਡੈਮੋਕ੍ਰੇਸੀ ਤੇ ਫਿਰ ਹੋਈ ਹੀ ਨਾ ਇਹ ਤੇ ਲੋਕਾਂ ਦਾ ਬੇਵਕੂਫ ਬਣਾਉਣ ਵਾਲੀ ਬੇਵਕ ਕਰ ਕਰ ਸੀ ਹੋਈ ਇਹ ਇਹ ਤੇ ਡੈਮੋਕ੍ਰੇਸੀ ਕਾਦੀ ਹੈ ਨਾ ਜੇ ਤੁਸੀਂ ਲੋਕਾਂ ਨੂੰ ਇੱਕ ਫਰੀਲੀ ਆਪਣਾ ਅਧਿਕਾਰ ਵਰਤਣ ਦੀ ਪਲੇਟਫਾਰਮ ਨਹੀਂ ਦਿੰਦੇ। ਤੋ ਫ੍ਰੀ ਹੈ ਹੀ ਨਹੀਂ ਕਿਵੇਂ ਫ੍ਰੀ ਜਿਹੜਾ ਕੋਈ ਖੁਦ ਬੰਦਾ ਆਜ਼ਾਦ ਹੀ ਨਹੀਂ ਆ ਉਹਦੀ ਸੋਚ ਆਜ਼ਾਦ ਨਹੀਂ ਉਹ ਸਮਾਜ ਵਿੱਚ ਆਜ਼ਾਦ ਨਹੀਂ ਆਰਥਿਕ ਤੌਰ ਤੇ ਆਜ਼ਾਦ ਨਹੀਂ ਸਮਾਜਿਕ ਤੌਰ ਤੇ ਪਛੜਿਆ ਹੋਇਆ ਹਰ ਕਿਸਮ ਦਾ ਉਹਨੂੰ ਰੱਖਿਆ। ਉਹ ਕਿਵੇਂ ਕਰੋ ਇਹ ਸਾਡੀਆਂ ਦਿੱਕਤਾਂ ਹੈਗੀਆਂ। ਇਹ ਤੁਰੰਤ ਨਹੀਂ ਦੂਰ ਹੋ ਸਕਦੀਆਂ ਪਰ ਫਿਰ ਵੀ ਇਲੈਕਸ਼ਨ ਕਮਿਸ਼ਨ ਉਸ ਡਾਇਰੈਕਸ਼ਨ ਜੋ ਪਾਰਟੀਆਂ ਨੂੰ ਨਕੀਲ ਪਾ ਕੇ ਧੱਕੇ ਲੈ ਕੇ ਜਾਏ ਚਾਹ ਬਕਰੇ ਜੇ ਨਹੀਂ ਵੀ ਸੂਤਰ ਆਉਂਦੀਆਂ ਜੇ ਅਸੀਂ ਤੁਹਾਡੀਆਂ ਰਜਿਸਟ੍ਰੇਸ਼ਨ ਕੈਨਸਲ ਕਰਾਂਗੇ ਜੇ ਤੁਸੀਂ ਬਕਵਾਸ ਕੀਤੀ Right ਕਿਉਂ ਨਹੀਂ ਕੀਤਾ ਜਾਂਦਾ ਲੋਕਾਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ ਜਾਏ ਪੈਸੇ ਦਾ ਬੋਲਬਾਲਾ ਆ ਇਹ ਸਾਰੀਆਂ ਗੱਲਾਂ ਅਲਟੀਮੇਟਲੀ ਔਰ ਅਕਾਉਂਟੇਬਿਲਟੀ ਫਿਕਸ ਕੀਤੀ ਜਾਏ ਜਿਹੜੇ ਜਿਹੜੇ ਵਾਅਦੇ ਕਰਦੇ ਜੇ ਨਾ ਦਿੱਤਾ ਜਾਏ ਤੇ ਉਹਨਾਂ ਨੂੰ ਕਹੋ ਕਿ ਤੁਸੀਂ ਬਾਹਰ ਹੋ ਅਸੀਂ ਦੁਬਾਰਾ ਚੋਣਾ ਕਰਾਂਗੇ ਹੂੰ ਹੂੰ ਤੁਸੀਂ ਜਿਹੜੇ ਵੱਡੇ ਵਾਅਦੇ ਕਰਦੇ ਆ ਜੇ ਉਹ ਪੂਰੇ ਨਾ ਹੋਣ ਤੁਸੀਂ 5 ਸਾਲ ਰਾਜ ਨਹੀਂ ਕਰੋਗੇ ਤੁਸੀਂ ਤੁਹਾਨੂੰ ਅਸੀਂ 6 ਮਹੀਨਿਆਂ ਚ ਬਾਹਰ ਕਰ ਦਿਆਂਗੇ ਅਸੀਂ ਦੁਬਾਰਾ ਚੋਣਾ ਕਰਾਂਗੇ ਕੋਈ ਕਿਉਂ ਨਹੀਂ ਸਕਤੀ ਇਹੋ ਜੀ ਕੀਤੀ ਜਾਂਦੀ ਹਾਲਾਤਾਂ ਨੂੰ ਦੇਖ ਕੇ ਇਸ ਕਰਕੇ ਮੇਰਾ ਖਿਆਲ ਸਾਰੀਆਂ ਪਾਰਟੀਆਂ ਰਲ-ਮਿਲੀ ਭੁਗਤ ਹੈਗੀ ਆ ਜਿਹਦਾ ਤਾਂ ਲੱਗਦਾ ਅੰਨੀ ਨੂਬੜਾ ਕਿਸਿੱਟੀ ਜਾਂਦਾ ਇਹ ਸਾਡੀ ਇੱਥੇ ਹਾਲਤ ਬੜੀ ਵੀ ਹੈ ਤੁਸੀਂ ਪ੍ਰੋਫੈਸਰ ਸਾਹਿਬ ਬਹੁਤ ਸੋਹਣੀ ਗੱਲ ਕੀਤੀ ਕਿ ਮਾਨਸਿਕ ਤੌਰ ਦੇ ਉੱਤੇ ਆਪਾਂ ਕਾਮਯਾਬ ਕਰੀਏ ਚਾਹੇ ਉਹ ਗਰੋਅਪ ਹੁੰਦਾ ਬੱਚਾ ਆ ਲੇਡੀ ਆ ਜਾਂ ਕੋਈ ਵੀ ਆ ਔਰ ਆਰਥਿਕ ਪੱਖੋਂ ਉਹਨਾਂ ਨੂੰ ਥੋੜਾ ਇੰਡੀਪੈਂਡੈਂਟ ਕਰੀਏ ਮੈਂ ਆਪ ਦੇਖਿਆ ਲਾਈਫ ਦੇ ਵਿੱਚ ਕਿ ਤੁਸੀਂ ਹਰ ਚੀਜ਼ ਤੋਂ ਬਾਹਰ ਆ ਜੰਨੇ ਜੇ ਆਰਥਿਕ ਪੱਖੋਂ ਤੁਸੀਂ ਥੋੜੇ ਜਿ ਮਜ਼ਬੂਤ ਹੋ ਤਾਂ ਹਰ ਚੀਜ਼ ਤੁਸੀਂ ਮਨਸਿਕ ਮਾਨਸਿਕਤਾ ਜੇ ਤੁਹਾਡੀ ਥੋੜੀ ਜੀ ਕੋਈ ਇਸ਼ੂ ਹੈਗਾ ਤੁਸੀਂ ਉਸ ਤੋਂ ਬਾਹਰ ਆ ਜੰਨੇ ਹਰ ਚੀਜ਼ ਪਰ ਆਰਥਿਕ ਪੱਖੋਂ ਬਾਹਰ ਕਿੱਦਾਂ ਆਵਾਂਗੇ ਮੈਨੂੰ ਇਹ ਦੱਸੋ ਪ੍ਰੋਫੈਸਰ ਸਾਹਿਬ ਕੇਜਰੀਵਾਲ ਸਾਹਿਬ ਹੁੰਦੇ ਆ ਉਹ ਕਹਿੰਦੇ ਕਿ ਮੈਂ ਇਨਕਮ ਟੈਕਸ ਦਾ ਅਫੀਸਰ ਰਹਾ ਤਾਂ ਮੈਂ ਆ ਕਰੂੰਗਾ ਇੰਨਾ ਇਦਾਂ ਕਰੂੰਗਾ ਤੇ ਇੰਨਾ ਬਚਾ ਕੇ ਕਹਿਣ ਦਾ ਮਤਲਬ ਉਹ ਕਹਿ ਰਿਹਾ ਕਿ ਮੈਂ ਜਿਹੜੀ ਕ腐ਸ਼ਨ ਹੋ ਰਹੀ ਉਹ ਰੋਕ ਕੇ ਤੇ ਮੈਂ ਆ ਕਰ ਦੂੰਗਾ ਬਹੁਤ ਚੰਗੀ ਗੱਲ ਐ ਸਿੱਧੂ ਸਾਹਿਬ ਕਹਿ ਰਿਹਾ ਕਿ ਸਾਡੀ ਤੇਲੰਗਾਨਾ ਵਾਲੀ ਪਾਲਿਸੀ ਲਿਆਉਂਗਾ ਪੰਜਾਬ ਮਾਡਲ ਲਿਆਉਂਗਾ ਕਰਕੇ ਮੈਂ ਆ ਕਰ ਦੂੰਗਾ ਬਹੁਤ ਚੰਗੀ ਗੱਲ ਐ ਪ੍ਰੋਬਲਮ ਇਹ ਐ ਕਿ 3 ਲੱਖ ਕਰੋੜ ਦਾ ਕਰਜ਼ਾ ਪੰਜਾਬ ਸਟੇਟ ਦੇ ਉੱਤੇ ਅੱਜ ਜਿਹੜੇ ਪਲਾਕੀਆਂ ਵੱਜ ਰਹੀਆਂ ਨੇ ਹਰ ਬੰਦੇ ਨੂੰ ਆਜ਼ਾਦੀ ਐ ਜਿਹੜੀ ਮਰਜ਼ੀ ਪਾਰਟੀ ਜਾਵੇ ਆਪਾਂ ਕਿਸੇ ਇੰਡੀਵਿਜੂਅਲ ਦੀ ਕੋਈ ਗੱਲ ਨਹੀਂ ਕਰਦੇਗੇ ਗੱਲ ਇਹ ਹੈ ਕਿ ਜਦੋਂ ਪਲਾਕੀ ਵੱਜਦੇ ਤੁਸੀਂ ਰੋਜ਼ ਵਿਚਰਦੇ ਹੋ ਉਹਨਾਂ ਲੋਕਾਂ ਦੇ ਵਿੱਚ ਉੱਥੇ ਚੰਡੀਗੜ੍ਹ ਪ੍ਰੋਫੈਸਰ ਸਾਹਿਬ ਜਦੋਂ ਕੋਈ ਪਲਾਕੀ ਵੱਜਦੀ ਉਹਨੂੰ ਮਿਲ ਕੇ ਕਿਹਾ ਬਹੁਤ ਚੰਗੀ ਗੱਲ ਹੈ ਤੇਰੀ ਸੋਚ ਅਨਸਾਰ ਜੇ ਆਪ ਪਾਰਟੀ ਚੰਗੀ ਸੀ ਤੋ ਚੱਲ ਗਿਆ ਮੁਬਾਰਕ ਪਰ ਮੈਨੂੰ ਇਹ ਦੱਸਿਓ ਕਿ ਪੰਜਾਬ ਦਾ ਪਾਣੀ ਉੱਪਰ ਆ ਜਾਊਗਾ ਹੁਣ ਛੇਤੀ ਮੈਨੂੰ ਇਹ ਦੱਸਿਓ ਕਿ ਜਿਹੜੇ ਪੰਜਾਬ ਦੇ ਬੱਚੇ ਬਾਹਰ ਨੂੰ ਜਾ ਰਹੇ ਆ ਜਾਂ ਤੋ ਬਾਹਰ ਜਾਣਗੇ ਜਾਂ ਫਿਰ ਉੱਥੇ ਡਰੱਗਸ ਦਾ ਥੋੜਾ ਜਿਹਾ ਚੱਕਰ ਚ ਪੈ ਰਹੇ ਆ ਕੀ ਉਹ ਉਹਨਾਂ ਦਾ ਬਾਰ ਹੋ ਸਕੂਗਾ ਫਿਰ ਉਹਨਾਂ ਨੂੰ ਇਹ ਪੁੱਛੋ ਕਿ ਜਿਹੜਾ ਦਰਿਆਵਾਂ ਦਾ ਪਾਣੀ ਪਰ ਦੂਸ਼ਿਤ ਹੋ ਰਹਾ ਮੈਂ ਹਰ ਪ੍ਰੋਗਰਾਮ ਚ ਚੱਕ ਦਾ ਮੈਂ ਜਿਹੜੇ ਏਰੀਆ ਨਾਲ ਬਿਲੋਂਗ ਕਰਦਾ ਗੰਗਾ ਨਗਰ ਉਹ ਗੰਗ ਗੰਕੇ ਨਾਲ ਤੇ ਰਾਜਸਥਾਨ ਕੇ ਨਾਲ ਬਿਲਕੁਲ ਜਿਹਨੂੰ ਇੰਦਰਾ ਗਾਂਧੀ ਨਹਿਰ ਵੀ ਕਹਿੰਦੇ ਬਿਲਕੁਲ ਪੋਲਿਊਟਡ ਪਾਣੀ ਉੱਥੇ ਪਹੁੰਚਦਾ ਜਦੋਂ ਉਹ ਰਾਜਸਥਾਨ ਦਾ ਬਾਰਡਰ ਹਿੱਟ ਕਰਦੀ ਹੈ ਕਿਸੇ ਇੱਕ ਬੰਦੇ ਦਾ ਕੋਈ ਕਸੂਰ ਨਹੀਂ ਤੁਸੀਂ ਇਹ ਗੱਲ ਜਰੂਰ ਪੁੱਛਿਓ ਕਿ ਚਲੋ ਠੀਕ ਹੈ ਪਾਰਟੀ ਤੁਸੀਂ ਚੱਲੇਗੇ ਪਲਾਕੀਆਂ ਮਾਰ ਲੀਆਂ ਮਾਰ ਲਓ ਕੋਈ ਗੱਲ ਨਹੀਂ ਪਰ ਆਹ ਮੁੱਦੇ ਕਦੋਂ ਸਹੀ ਕਰੋਗੇ ਇਹ ਮੁੱਦੇ ਤੇ ਦੇਖੋ ਹੌਲੀ ਹੌਲੀ ਵਿਗੜਿਆ ਹੌਲੀ ਹੌਲੀ ਠੀਕ ਹੋਊਗਾ ਪਾਣੀ ਦੀਆਂ ਤਿੰਨ ਲਹਿਰਾਂ ਜ਼ਮੀਨ ਦੇ ਥੱਲੇ ਖਤਮ ਕਰਦੀਆਂ ਚੌਥੀ ਚ ਜਾ ਗੜੇ ਆ ਉਹ ਪਾਣੀ ਤੇ ਕੋ ਸਦੀਆਂ 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 ਦਾ ਪੁਰਾਣਾ ਜਾਨੀ ਇੱਕ ਪਵਿੱਤਰ ਜਲ ਨਿਰਮਲ ਜਲ ਉੱਥੇ ਇਕੱਠਾ ਹੋਇਆ ਆਪਾਂ ਉਹਨੂੰ ਖਤਮ ਕਰ ਦਾਂਗੇ ਕਦੋਂ ਦੁਬਾਰਾ ਉਹ ਠੀਕ ਹੋਊ ਕਿਦਾਂ ਠੀਕ ਹੋਊ ਬਹੁਤ ਆਪਣੇ ਵੱਡੇ ਮਾਮਲੇ ਪਾਣੀ ਦਾ ਮਾਮਲਾ ਤੇ ਬਹੁਤ ਵੱਡਾ ਮਾਮਲਾ ਹੈ ਹਵਾ ਦੇ ਪ੍ਰਦੂਸ਼ਣ ਦਾ ਵੀ ਉੱਡਾ ਹੀ ਮਾਮਲਾ ਆ ਤੇ ਪਾਣੀ ਦੇ ਪ੍ਰਦੂਸ਼ਣ ਨਾਲ ਸਾਡੀਆਂ ਸਿਹਤਾਂ ਖਰਾਬ ਹੋ ਰਹੀਆਂ ਹਵਾ ਦੇ ਪ੍ਰਦੂਸ਼ਣ ਨਾਲ ਵੀ ਸਿਹਤ ਖਰਾਬ ਇਹ ਤੇ ਵੱਡੇ ਮਾਮਲੇ ਹੈਗੇ ਆ ਗਲੋਬਲ ਵੀ ਹੈਗੇ ਆ ਪੰਜਾਬ ਚ ਵੀ ਹੈਗੇ ਹੂੰ ਸਾਨੂੰ ਤੇ ਇਹ ਲੱਗਦਾ ਕਿ ਜਿਹੜੀ ਮੋਟੀ ਮੋਟੀ ਗੱਲ ਹੀ ਆ ਗੁਰਲਾਲ ਜੀ ਉਹ ਵੀ ਨਹੀਂ ਠੀਕ ਹੋ ਰਹੀ ਕਿ ਜਦੋਂ ਸਰਕਾਰ ਬਣਦੀ ਹੈ ਜਿਹੜੀ ਪਾਰਟੀ ਵੀ ਆਉਂਦੀ ਆ ਦੋਹੀ ਹੱਥੀਂ ਲੁੱਟਣ ਲਈ ਤੁਸੀਂ ਪ੍ਰਾਈਵੇਟ ਕਨਵਰਸੇਸ਼ਨ ਵੀ ਸੁਣ ਲਓ ਕਿ ਮੈਂ ਇੱਕ ਛੋਟੀ ਜੀ ਵੀਡੀਓ ਕੈਜ਼ੂਅਲ ਜੀ ਕਹਿ ਦਿੱ ਸੁਣ ਰਿਹਾ ਸੀ ਉਹ ਇਹ ਉਹਦੇ ਚ ਸਾਰੀ ਕਨਵਰਸੇਸ਼ਨ ਸੀ ਕਿ ਮੈਨੂੰ ਇਹਦਾ ਠੇਕਾ ਮਿਲ ਜਾਣਾ ਮੈਨੂੰ ਖੱਡ ਮਿਲ ਜਾਣੀ ਮੈਂ ਤੇਰੇ ਵੀ ਤੇਰਾ ਵੀ ਹਿੱਸਾ ਵਾ ਲਊਗਾ ਫਿਰ ਆਪਣੀਆਂ ਮੌਜਾਂ ਹੋ ਜਾਣਗੀਆਂ ਯਾਨੀ ਪੋਲਿਟਿਕਸ ਦਾ ਮਤਲਬ ਹੀ ਲੂਟ ਹੋ ਗਈ ਹੈ ਇਹ ਆਪਾਂ ਲੁੱਟਣ ਜਾ ਰਹੇ ਹਾਂ ਲੁਟੇਰੇ ਹੈਗੇ ਜੇ ਇਸ ਕਿਸਮ ਦਾ ਜੇ ਤੁਹਾਡੀ ਐਂਟਰੀ ਇਸ ਕਰਕੇ ਹੈ ਕੋਈ ਸੇਵਾਦਾਰ ਆ ਜਾਂ ਪੰਜਾਬ ਨੂੰ ਬਚਾਉਣ ਦਾ ਪਾਣੀਆਂ ਨੂੰ ਬਚਾਉਣ ਦਾ ਜਿਹੜੀ ਤੁਸੀਂ ਟੋਟਲ ਗੱਲ ਕਰ ਰਹੇ ਹੋ ਜੇ ਮਨ ਵਿੱਚ ਹੈ ਹੀ ਨਹੀਂ ਹੈ ਚੱਲੇ ਐਂਟਰੀ ਤਾਂ ਮਾਰ ਰਹੇ ਆ ਕਿ ਅਸੀਂ ਆਪਣੀਆਂ ਪ੍ਰਾਪਰਟੀਆਂ ਵਧਾਉਣੀਆਂ ਆਪਣੇ ਰਿਸ਼ਤੇਦਾਰ ਫਿੱਟ ਕਰਨੇ ਆ ਲੋਕਾਂ ਦਾ ਬੇਵਕੂਫ ਬਣਾਉਣਾ ਤੇ ਲੋਕਾਂ ਨੂੰ ਜਿਵੇਂ ਫਿਊਡਲ ਲਾਰਡ ਲੁੱਟਦੇ ਸੀ ਤੇ ਉਹਨਾਂ ਦਾ ਲੋਕਾਂ ਦਾ ਵਿਕਾਸ ਨਹੀਂ ਸੀ ਹੁੰਦਿੰਦੇ ਇਸ ਡੈਮੋਕ੍ਰੇਸੀ ਦੇ ਵਿੱਚ ਵੀ ਅਸੀਂ ਉਸੇ ਤਰੀਕੇ ਨਾਲ ਲੁੱਟ ਮਚਾਉਣੀ ਆ ਡੰਡੇ ਨਾਲ ਵੀ ਪੁਲਿਸ ਦੀ ਮੱਦੇਨਜ਼ਰ ਨਾਲ ਵੀ ਹਰ ਕਿਸਮ ਨਾਲ ਤਾਂ ਫਿਰ ਕੌਣ ਸਵਾਰੂਗਾ ਇਸ ਨੂੰ ਬਦਨ ਲਈ ਕਿਸੇ ਵੇਲੇ ਕੇਜਰੀਵਾਲ ਨੇ ਨਾਰਾ ਲਾਇਆ ਸੀ ਮੈਨੂੰ ਨਹੀਂ ਲੱਗਦਾ ਉਹਨਾਂ ਵਚਨਾਂ ਤੇ ਪੂਰੇ ਉਤਰੇ ਆ ਅੱਜ ਤੁਸੀਂ ਦਿੱਲੀ ਰਹਿਣ ਦੇ ਯੋਗ ਨਹੀਂ ਹੈ 8 ਸਾਲ ਹੋ ਗਏ ਆ ਕੇਜਰੀਵਾਲ ਉਹਨਾਂ ਨੂੰ ਦਿੱਲੀ ਰਹਿਣ ਦੇ ਯੋਗ ਨਹੀਂ ਇੰਨੀ ਪ੍ਰਦੂਸ਼ਿਤ ਹੈਗੀ ਆ ਹੋਰ ਵੀ ਗੱਲਾਂ ਜਿਹੜੀਆਂ ਚਲੋ ਆਪਾਂ ਉਹ ਦੀ ਅੱਜ ਸਾਡਾ ਮਾਮਲਾ ਨਹੀਂ ਹੈ ਉਹ ਰੋਲ ਮਾਡਲ ਜਿਹੜਾ ਬਣਨ ਵੱਲ ਸਾਨੂੰ ਲੱਗਦਾ ਸੀ ਉਹ ਨਹੀਂ ਹੋਇਆ ਇਸੇ ਕਰਕੇ ਲੋਕ ਹੁਣ ਸੰਯੁਕਤ ਸਮਾਜ ਮੋਰਚੇ ਵੱਲ ਧਿਆਨ ਦੇ ਰਿਹਾ ਕਿ ਇਹ ਤੇ ਇਹਦੇ ਲੋਕਾਂ ਦਾ ਆਪਣਿਆਂ ਦੇ ਲੋਕਾਂ ਦਾ ਹੈਗਾ ਕੋਈ ਵੀ ਜਿਹੜਾ ਬਾਹਰੋਂ ਆਊਗਾ ਉਹ ਸਾਨੂੰ ਜ਼ਰੂਰੀ ਨਹੀਂ ਕਿ ਸਾਡੇ ਮਸਲਿਆਂ ਨੂੰ ਉਸ ਸ਼ਿੱਦਤ ਦੇ ਨਾਲ ਉਸ इमोशनल ਅਪੀਲ ਦੇ ਨਾਲ ਇੱਥੇ ਕਰੂਗਾ ਕਿਉਂਕਿ ਰੂਲਿੰਗ ਲੋਕਾਂ ਦਾ ਰੂਲ ਕਰਨਾ ਹੁੰਦਾ ਨਾ ਕਿ ਲੋਕਾਂ ਦਾ ਫਾਇਦਾ ਕਰਨਾ ਜਿਹੜੇ ਵਿੱਚੋਂ ਲੋਕ ਆਮ ਕਿਸਾਨ ਜਨਤਾ ਜਨਰਦਨ ਤੁਹਾਡੇ ਸਾਡੇ ਵਰਗੇ ਜੇ ਕੋਈ ਵਿੱਚ ਰੌਲਾ ਵਰਾਲਾ ਪਾ ਕੇ ਉੱਠ ਕੇ ਕਿਤੇ ਮਾੜਾ ਮੋਟਾ ਵੀ ਉਹਨਾਂ ਦਾ ਹੱਥ ਪੈ ਜਾਏ ਤਾਂ ਹੋ ਸਕਦਾ ਇੱਥੇ ਪੰਜਾਬ ਦਾ ਕੁਝ ਨੁਕਸ ਮੋੜਾ ਪੈ ਜਾਏ ਜਿਹੜੀ ਤੁਸੀਂ ਕਰਜ਼ੇ ਦੀ ਗੱਲ ਕਰਦੇ ਹੋ ਸਾਡੀ ਵੀ ਸਰਕਾਰਾਂ ਦੇ ਕਰਜ਼ੇ ਦੀ ਗੱਲ ਕਰਦੇ ਆ ਉਹ ਹੈ ਜੀ ਇਹ ਚਿੰਤਾ ਹੈ ਜੀ ਉਹ ਕਾਫੀ ਡਿਸਪਰਪੋਰਸ਼ਨੇਟ ਹੋਈ ਜਾਂਦਾ ਜਾਨੀ ਕਰਜ਼ਾ ਵਧੀ ਜਾਂਦਾ ਹੈ ਤੇ ਕਿਸੇ ਦਿਨ ਹੋ ਸਕਦਾ ਕਿ ਸਾਡੀ ਸਰਕਾਰ ਦਾ ਦਿਵਾਲੀਆ ਹੀ ਨਿਕਲ ਜਾਏ ਤੇ ਹੁੰਦਾ ਇਹ ਹੈ ਕਿ ਜੇ ਲੋਕਾਂ ਨੂੰ ਥੱਲੋਂ ਇਕਨੋਮੀ ਨੂੰ ਠੀਕ ਕਰ ਲਿਆ ਜਾਏ ਇੱਕ ਸਿਸਟਮ ਬਣਾ ਲਿਆ ਜਾਏ ਕਿ ਐਨੀ ਆਮਦਨ ਫਿਰ ਕਰਜ਼ੇ ਦੀ ਕੋਈ ਦਿੱਕਤ ਨਹੀਂ ਅਮਰੀਕਾ ਦਾ ਸਭ ਤੋਂ ਦੁਨੀਆ ਦੇ ਵਿੱਚ ਜ਼ਿਆਦਾ ਕਰਜ਼ਾ ਹੋਊਗਾ ਅਮਰੀਕਨ ਸਰਕਾਰ ਦਾ ਮੈਂ ਕਹਿੰਦਾ ਕਰਜ਼ਾ ਕਿਉਂਕਿ ਪਰ ਇਕਨੋਮੀ ਤਕੜੀ ਹੋ ਨਾਲੋ ਨਾਲ ਇੱਕ ਸਰਕਲ ਬਣਿਆ ਹੁੰਦਾ ਤੁਰਿਆ ਜਾਂਦਾ ਹਾਂਜੀ ਅਸੀਂ ਉਸ ਸਰਕਲ ਦੇ ਵਿੱਚ ਪੂਰੇ ਕਾਮਯਾਬ ਨਹੀਂ ਹੋ ਰਹੇ ਇਸ ਕਰਕੇ ਇਹ ਚਿੰਤਾਵਾਂ ਤੇ ਹੈਗੀਆਂ ਪਰ ਉਹ ਫਿਰ ਆਖਿਰ ਦੇ ਵਿੱਚ ਕਿਸੇ ਚੰਗੇ ਲੋਕਾਂ ਦੀ ਕੋਈ ਸਰਕਾਰ ਆਵੇ ਤਾਂ ਹੀ ਮਾੜਾ ਮੋਟਾ ਮੋੜਾ ਪੈ ਸਕਦਾ ਪ੍ਰੋਫੈਸਰ ਸਾਹਿਬ ਲਾਸਟ ਗੱਲ ਮੈਂ ਤੁਹਾਨੂੰ ਪੁੱਛੂੰਗਾ ਬਹੁਤ ਸੋਹਣਾ ਵਿਸਤਾਰਨ ਦੀ ਗੱਲ ਕੀਤੀ ਹੁਣ ਕੁਝ ਘੰਟਿਆਂ ਬਾਅਦ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਫਿਰੋਜ਼ਪੁਰ ਦੀ ਧਰਤੀ ਯਾਨੀ ਕਿ ਪੰਜਾਬ ਚ ਹੋਣਗੇ ਉਹ ਹੋ ਸਕਦਾ ਵੱਡਾ ਪੈਕੇਜ ਦਾ ਐਲਾਨ ਕਰਨ ਐਲਾਨ ਤਾਂ ਸੀਐਮ ਚੰਨੀ ਵੀ ਬਹੁਤ ਕਰ ਰਿਹਾ ਹੈ ਮੁਬਾਰਕ ਆ ਤੁਹਾਨੂੰ ਕੀ ਲੱਗਦਾ ਪ੍ਰੋਫੈਸਰ ਸਾਹਿਬ ਜਿਹੜਾ ਪਿਛਲੇ 1 ਮਹੀਨੇ ਦੇ ਵਿੱਚ ਵਿੱਚ ਉਗੀਆਂ ਸਖਸ਼ੀਅਤਾਂ ਦਾ ਜਿਹੜਾ ਰੁਝਾਨ ਹੈ ਆ ਭਾਰਤੀ ਜਨਤਾ ਪਾਰਟੀ ਵੱਲ ਜਾ ਰਿਹਾ ਚੰਗੀ ਗੱਲ ਹੈ ਮੈਂ ਕਿਸੇ ਧਰਮ ਵੱਲ ਨਹੀਂ ਜਾਂਦਾ ਮੈਂ ਕਿਸੇ ਜਾਤੀ ਵੱਲ ਨਹੀਂ ਜਾਂਦਾ ਬਹੁਤ ਚੰਗੀ ਗੱਲ ਹੈ ਜੇ ਪੰਜਾਬ ਪੰਜਾਬੀਅਤ ਦੀ ਪਲਾਈ ਤੇ ਦੇਸ਼ ਦੀ ਪਲਾਈ ਇਹਦੇ ਵਿੱਚ ਆ ਤਾਂ ਬਹੁਤ ਚੰਗੀ ਗੱਲ ਹੈ ਜਾਨਣਾ ਚਾਹੀਦਾ ਹੈ ਪਰ ਗੱਲ ਇੰਪਲੀਮੈਂਟੇਸ਼ਨ ਦੀ ਆ ਜਾਂਦੀ ਹੈ ਕਿ ਇਤਰਾਤਲ ਦੇ ਉੱਤੇ ਜਾ ਕੇ ਜਿਹੜੀਆਂ ਨਗਾਰ ਸਮਾਜ ਦੇ ਵਿੱਚ ਆਇਆ ਕੀ ਇਹ ਉਹ ਜੇ ਦੂਰ ਕਰ ਸਕਣਗੇ ਉਹ ਸਖਸ਼ਿਤਿਆ ਉਧਰ ਜਾ ਕੇ ਅਖੀਰ ਮੈਂ ਗੱਲ ਉਹੀ ਪੁੱਛ ਰਿਹਾ ਕਿਉਂ ਕਿਉਂਕਿ ਜਿਹੜਾ ਰੁਝਾਨ ਉਧਰ ਨੂੰ ਵੱਧ ਰਿਹਾ ਹੈ ਹੋ ਸਕਦਾ ਕੋਈ ਮਜਬੂਰੀ ਵੀ ਹੋਵੇ ਕਿਸੇ ਦੀ ਨਹੀਂ ਮਜਬੂਰੀਆਂ ਕੀ ਹੈ ਦੋ ਹੀ ਹੈ ਇੱਕ ਤੇ ਡਰਿਆ ਜਾਂ ਲਾਲਚ ਇਹ ਦੋਹਾਂ ਤੀਜੀ ਤੇ ਕੋਈ ਮਜਬੂਰੀ ਹੈ ਹੀ ਨਹੀਂ ਜਿੰਨਾਂ ਨੂੰ ਇਹ ਥੋੜੀ ਹੈ ਕਿ ਉੱਥੇ ਸਮਾਜ ਦਾ ਜਿਆਦਾ ਭਲਾ ਮੋਦੀ ਜੀ ਕਾਰਨ ਆ ਰਿਹਾ ਜਾਂ ਬੀਜੇਪੀ ਤੇ ਬਿਲਕੁਲ ਹੀ ਇੱਥੇ ਇੱਕ ਰਾਮ ਰਾਜ ਜਿਹੜਾ ਇੱਕ ਆਈਡੀਅਲ ਰਾਮ ਰਾਜ ਉਹ ਨਹੀਂ ਉਹ ਦੂਸਰਾ ਤੇ ਰਾਹ ਕਹਿ ਹੀ ਰਹੇ ਆ ਕਿ ਅਸੀਂ ਇਸ ਨੂੰ ਏ ਹਿੰਦੂ ਰਾਸ਼ਟਰ ਬਣਾਉਣਾ ਉਹ ਤੇ ਕੋਈ ਲੋਕੀਸ਼ੀਪੀ ਗੱਲ ਨਹੀਂ ਆ ਪਿੱਛੇ ਤੁਸੀਂ ਹਿੰਦੂ ਮਹਾਸਭਾ ਦੀਆਂ ਜਿਹੜੇ ਜਲਸੇ ਦੇਖ ਲਏ ਜਿਵੇਂ ਹੋਇਆ ਕਿ 20 ਲੱਖ ਮੁਸਲਮਾਨ ਮਾਰਨੇ ਚਾਹੀਦੇ ਆ ਜੇ ਉਹ ਇਹੋ ਜਿਹੀਆਂ ਗੱਲਾਂ ਓਪਨ ਡੈਕਲੇਰੇਸ਼ਨ ਹੋਏ ਆ ਉਹ ਉਸ ਪਾਸੇ ਵਾਲੀ ਨਹੀਂ ਜਿਹੜਾ ਆਪਾਂ ਇੱਕ ਆਈਡੀਅਲ ਰਾਜ ਚਾਹੁੰਦੇ ਆ ਹੈਨਾ ਜੀ ਉਹ ਆਈਡੀਅਲ ਰਾਜ ਵਾਲਾ ਤੇ ਕੋਈ ਬੀਜੇਪੀ ਦਾ ਹੈ ਨਹੀਂ ਉਹ ਤੇ ਪਾੜੋ ਤੇ ਰਾਜ ਕਰੋ ਵਾਲੀ ਜਿਆਦਾ ਹੈ ਜੀ ਇਹ ਧਰਮਾਂ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਇਹ ਜਿਹੜੇ ਜਾ ਰਹੇ ਆ ਕਿਉਂਕਿ ਉਹਨਾਂ ਨੂੰ ਇਹ ਕਿ ਇਹ ਕਾਬਜ ਬੜੇ ਬੁਰੇ ਤਰੀਕੇ ਨਾਲ ਆ ਦੇਸ਼ ਦੇ ਵਿੱਚ ਆਪੋਜੀਸ਼ਨ ਕਮਜ਼ੋਰ ਹੈਗੀ ਆ ਇਹਨਾਂ ਨੂੰ ਬਦਲਣਾ ਔਖਾ ਹੋ ਰਿਹਾ ਤੇ ਉਸ ਉਸ ਹੋਪ ਚ ਉਸ ਉਮੀਦ ਵਿੱਚ ਕਿ ਜੇ ਉਸ ਗੱਡੇ ਤੇ ਛੱਡਦੇ ਆ ਉਹਦੀ ਅਜੇ ਮਿਆਦ ਕਾਫੀ ਹੈ ਉਹ ਚ ਡੀਜ਼ਲ ਪੈਟਰੋਲ ਕਾਫੀ ਆ ਕਾਫੀ ਦੂਰ ਤੱਕ ਲੈ ਜਾਊਗਾ ਤੇ ਇਹਨਾਂ ਨੂੰ ਫਿਰ ਕੁਛ ਦੇਰ ਹੋਰ ਜੋ ਪਹਿਲਾਂ ਹੀ ਕਰ ਰਹੇ ਆ ਉਹ ਕਰਨ ਦਾ ਮੌਕਾ ਮਿਲ ਜੂਗਾ ਹੋਰ ਪੁੱਛੇ ਤੋਂ ਵੱਧ ਨਾ ਦੇਸ਼ ਭਲਾਈ ਨਾ ਪੰਜਾਬ ਭਲਾਈ ਤੇ ਨਾ ਕੋਈ ਹੋਰ ਕਿਸਮ ਦੇ ਆਈਡੀਅਲ ਦੇ ਲਈਏ ਜਿੱਤਣ ਉੱਥੇ ਲੋਕਾਂ ਦੇ ਉੱਤੇ ਕਿਸੇ ਕਿਸਮ ਦੇ ਭਲਾਈ ਲਈ ਜਾ ਰਿਹਾ ਇਹੋ ਜੀ ਕੋਈ ਗੱਲ ਨਹੀਂ ਹੈ ਜੀ ਪ੍ਰੋਫੈਸਰ ਸਾਹਿਬ ਵਕਤ ਇਜਾਜ਼ਤ ਨਹੀਂ ਦੇ ਰਿਹਾ ਅੱਜ ਤੁਸੀਂ ਐਲੈਬ੍ਰੇਸ਼ਨ ਸੋਣੀ ਦਿੱਤੀ ਹਰੇਕ ਪ੍ਰੋਗਰਾਮ ਹਰੇਕ ਟਾਪਿਕ ਤੇ ਟਾਪਿਕ ਹੋਰ ਵੀ ਨੇ ਪਰ ਆਉਣ ਵਾਲੇ ਵਕਤ ਦੇ ਵਿੱਚ ਜੋ ਜੋ ਵਕਤ ਇਲੈਕਸ਼ਨਾਂ ਨੇੜੇ ਆ ਰਹੀਆਂ ਆ ਤੇ ਉਤੋਂ ਤੋਂ ਹੋਰ ਮੁੱਦੇ ਉੱਭਰ ਕੇ ਮੋਰੇ ਆਉਣਗੇ ਤਾਂ ਆਪਾਂ ਪ੍ਰੋਗਰਾਮ ਕਰਦੇ ਰਾਵਾਂਗੇ ਅੱਜ ਤੁਸੀਂ अर्ਲੀ ਮਾਰਨਿੰਗ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਬਾ ਸ਼ੁਕਰੀਆ ਜੀ ਦਰਸ਼ਕੋ ਇਸਨ ਪ੍ਰੋਫੈਸਰ ਮਨਜੀਤ ਸਿੰਘ ਜੀ ਬਹੁਤ ਸੋਹਣਾ ਉਹਨਾਂ ਨੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਜੋ ਮੁੱਦੇ ਆ ਕੁਝ ਪੁਆਇੰਟਸ ਮੈਨੂੰ ਆਏ ਸੀ ਜਿਹੜੇ ਤੁਹਾਡੇ ਰੂਬਰੂ ਹੋ ਕੇ ਇਹਨਾਂ ਤੋਂ ਪੁੱਛਣੇ ਸੀ ਪੁੱਛੇ ਵਕਤ ਜ਼ਾਜ਼ਤ ਨਹੀਂ ਦੇ ਰਿਹਾ ਮਹਾਮਾਰੀ ਪਿਆਰ ਫੈਲ ਰਹੀ ਹੈ ਆਪਣਾ ਪੂਰਾ ਖਿਆਲ ਰੱਖਣਾ ਦਰਸ਼ਕੋ ਅੱਜ ਦਾ ਪ੍ਰੋਗਰਾਮ ਇਥੋਂ ਤੱਕ ਹੀ ਸੀ ਕੱਲ ਨੂੰ ਫਿਰ ਕਿਸੇ ਨਵੀਂ ਸ਼ਖਸੀਅਤ ਨਾਲ ਤੁਹਾਡੇ ਰੂਬਰੂ ਹੋਵਾਂਗੇ ਆਪਣਾ ਖਿਆਲ ਰੱਖਣਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ